ਦੂਸਰਾ ਮਾਮਲਾ ਕਿ ਮੀਡੀਆ ਤੇ ਗਲਬਾ ਬਣਾਇਆ ਹੋਇਆ ਪੰਜਾਬ ਸਰਕਾਰ ਨੇ ਇਹ ਪਹਿਲੀ ਵਾਰ ਹੋਇਆ ਕਿ ਸਰਕਾਰ ਦੇ ਕੁਝ ਕੱਚੇ ਕਰਮਚਾਰੀ ਚੈਨਲ ਵਾਲਾਂ ਨੂੰ ਕਹਿੰਦੇ ਨੇ ਕਿ ਫਲਾਣੀ ਖਬਰ ਚਲਾਓ ਫਲਾਣੀ ਨਾ ਚਲਾਓ ਗੁਰਬਾਣੀ ਨੂੰ ਲੈ ਕੇ ਗੁਰਬਾਣੀ ਦਾ ਪ੍ਰਸਾਰਨ ਕਿਵੇਂ ਹੋਵੇ ਹਰਮੰਦਰ ਸਾਹਿਬ ਤੋਂ ਲੈ ਕਿਸ ਤਰ੍ਹਾਂ ਹੋਵੇ ਕਿਉਂਕਿ ਤੁਸੀਂ ਬਚਪਨ ਤੋਂ ਗੁਰਬਾਣੀ ਨਾਲ ਜੁੜੇ ਹੋਇਓ ਗੁਰਬਾਣੀ ਦੀਆਂ ਕਦਰਾਂ ਕੀਮਤਾਂ ਦਾ ਤੁਹਾਨੂੰ ਪਤਾ ਹੈ ਗੁਰਬਾਣੀ ਸਮਾਜ ਨੂੰ ਕਿਵੇਂ ਚੰਗੀ ਸਿੱਖ ਦੇ ਸਕਦੇ ਉਹਦੇ ਬਾਰੇ ਵੀ ਤੁਸੀਂ ਆਪਣੀ ਗੱਲ ਕਹਿੰਦੇ ਰਹਿੰਦੇ ਹੋ ਕੀ ਲੱਗਦਾ ਕਿ ਕਿਸ ਤਰ੍ਹਾਂ ਦਾ ਪ੍ਰਵਾਹ ਹੋਏ ਗੁਰਬਾਣੀ ਦਾ ਸੰਦੇਸ਼ ਦੇਣ ਵਾਸਤੇ ਗੁਰਬਾਣੀ ਸਾਰਿਆਂ ਕੋਲ ਜਾਣੀ ਜ਼ਰੂਰੀ ਹੈ ਔਰ ਜਿਹੜਾ ਐਸਜੀਪੀਸੀ ਕਹਿੰਦੀ ਹੈ ਕਿ ਸਾਡਾ ਤੇ ਉਦੇਸ਼ ਇਹੀ ਹੈ ਅਜੀਬ ਜਿਸਾਰੇ ਦੀ ਜਾਂ ਤੋਂ ਸਭ ਤੋਂ ਪਹਿਲਾ ਉਦੇਸ਼ ਇਹ ਹੈ ਪਾਵਰਜ਼ ਐਂਡ ਫੰਕਸ਼ਨ ਆਫ ਦੀ ਤੋਂ ਉਹਦੇ ਵਿੱਚ ਉਹ ਉਦੇਸ਼ ਚ ਕਿਤੇ ਨਾ ਕਿਤੇ ਕਿਤੇ ਨਾ ਕਿਤੇ ਗੜਬੜੇ ਹੋ ਗਈ ਵੀ ਗੁਰਬਾਣੀ ਨੂੰ ਹੀ ਵਪਾਰ ਬਣਾਤਾ ਕਹਿ ਨੂੰ ਕੋ ਮੰਨੇ ਨਾ ਮੰਨੇ ਵਪਾਰ ਕੋਈ ਜ਼ਰੂਰੀ ਨਹੀਂ ਹੁੰਦਾ ਵੀ ਸਿੱਧੇ ਪੈਸੇ ਨਾਲ ਕੋਈ ਚੀਜ਼ ਨਹੀਂ ਹੈ ਜੇ ਉਹ ਨਹੀਂ ਆ ਸਕਦੀ ਮੈਨੂੰ ਕੋਈ ਨਾ ਕੋਈ ਚੈਨਲ ਲੈਣਾ ਪੈਂਦਾ ਡਿਸ਼ ਦੇ ਵਿੱਚ ਤੇ ਕਈਆਂ ਦੇ ਵੀ ਨਹੀਂ ਆਉਂਦੇ ਜੇ ਇਹਦਾ ਮਤਲਬ ਬਹੁਤ ਚੰਦੇ ਨਹੀਂ ਆਉਂਦੀ ਇੱਕ ਤਾਂ ਇਹ ਸੂਜੇ ਇਹ ਹੈ ਵੀ ਡਿਊਟੀ ਉਹ ਤਾਂ ਅਗਲਾ ਵਪਾਰ ਕਰਦਾ ਵਪਾਰੀ ਤਾਂ ਹਰੇ ਕੀ ਕਰਦਾ ਲੋ ਜੀ ਮੈਂ ਠੇਕੇ ਦੇ ਦੋ ਟੱਕੜਾ ਪ੍ਰਸ਼ਾਦ ਦੇ ਠੇਕ ਲੈ ਨੂੰ ਤਿਆਰ ਰਿਹਾ ਸੀ ਜੇ ਠੇਕੇ ਹੁੰਦੇ ਵੀ ਹੁਣ ਤਾਂ ਵੀ ਵੀ ਕੀ ਬਹੁਤ ਸਾਰੇ ਧਰਮ ਨੇ ਆਪਣੇ ਚੈਨਲ ਚਲਾਏ ਹੋ ਨੇ ਕਈ ਧਰਮ ਦਾ ਪ੍ਰਚਾਰ ਚੈਨਲ ਅਹੀਂ ਹੋ ਰਿਹਾ ਜਿਸ ਤਰ੍ਹਾਂ ਦਾ ਦੌਰ ਆ ਜੁਗਾ ਐਸਜੀਪੀਸੀ ਪਛੜ ਗਿਆ ਆਪਣਾ ਚੈਨਲ ਲਾਉਣ ਤੋਂ ਐਸਜੀਪੀਸੀ ਨੂੰ ਕੀ ਕਰਨਾ ਚਾਹੀਦਾ ਨਹੀਂ ਨਹੀਂ ਐਸਜੀਪੀਸੀ ਪਛੜੀ ਨਹੀਂ ਐਸਜੀਪੀਸੀ ਜਾਣ ਬੁਝ ਕੇ ਪਛੜੀ ਐਸਜੀਪੀਸੀ ਨੂੰ ਸਭ ਤੋਂ ਪਹਿਲਾਂ ਕਹਿੰਦੀ ਅਸੀਂ ਟਰਾਂਸਮਿਟਰ ਲਾਉਣਾ ਸੋਇਸ ਕਰਕੇ ਹੁਣ ਤਾਂ ਇਹਨਾਂ ਨੂੰ ਬਹੁਤੇ ਵੱਡਾ ਤਰਸਦ ਵੀ ਨਹੀਂ ਕਰਨਾ ਪੈਣਾ ਸੀ ਥੋੜੇ ਪੈਸੇ ਦੀ ਲੋੜ ਆ ਸਿੱਖ ਸੰਗਤ ਕੋਲ ਤਾਂ ਪੈਸੇ ਹੀ ਬਹੁਤ ਦੇਣ ਨੂੰ ਤਿਆਰ ਨੇ ਇੱਕੋ ਧਰਮ ਐਸਾ ਜਿੱਦੇ ਜਿਹੜੇ ਪੈਸੇ ਦੀ ਕਦੇ ਘਾਟ ਨਹੀਂ ਹੁੰਦੀ ਅੱਜ ਹੁਕਾ ਦੇ ਦੇਣ ਵੀ ਪੈਸਾ ਚਾਹੀਦਾ ਹੋ ਦੀ ਅੱਜ ਦੇਖੋ ਗੱਲ ਇਹ ਹੈ ਵੀ ਗੱਲ ਸਮਝਣ ਦਾ ਕੀ ਫਾਇਦਾ ਕਹਿੰਦਾ ਦੂਵੀ ਤਾਂ ਤਾਂ ਜਹਸਾਨ ਆਇਆ ਮੈਂ ਤਾਂ ਨੁਹੁੰਦਾ ਸਾਂ ਕਿਸੇ ਨੂੰ ਬੁਰਾ ਲੱਗੇ ਚੰਗਾ ਲੱਗੇ ਧਾਮੀ ਸਾਹਿਬ ਨੇ ਜਿਹੜੀ ਪ੍ਰੈਸ ਕਾਨਫਰੈਂਸ ਕੀਤੀ ਸੀ ਉਹ ਪ੍ਰੈਸ ਕੰਮ ਸੇ ਓਪਨ ਨਹੀਂ ਕਹਿੰਦੇ ਵੀ ਦੇਖੋ ਅਸੀਂ ਚੈਨਲ ਚਲਾਵਾਂਗੇ ਸਭ ਤੋਂ ਦੇਰੀ ਹੋ ਸਕਦੀ ਹੈ ਇਹ ਗੱਲ ਕਹਿੰਦੇ ਉੱਤੇ ਡਟ ਕੇ ਪਰ ਸਰਕਾਰ ਨੂੰ ਅਸੀਂ ਦਖਲ ਦਾ ਜਾਇ ਨਹੀਂ ਕਰਨ ਦਿੰਦੇ ਪ੍ਰੋਗਰਾਮ ਬੰਟੂ ਬਾਨ ਵਿੱਚ ਮੈਂ ਦਰਸ਼ਨ ਸਿੰਘ ਖੋਖਰ ਤੁਹਾਡਾ ਸਵਾਗਤ ਕਰਦਾ ਅੱਜ ਗੱਲ ਕਰਾਂਗੇ ਡਾਕਟਰ ਪਿਆਰੇ لال ਗਰਗ ਨਾਲ ਜੋ ਪੰਜਾਬੀ ਚਿੰਤਕ ਨੇ ਤੇ ਹਰ ਮੁੱਦੇ ਤੇ ਆਪਣੀ ਗੱਲ ਸਪਸ਼ਟਤਾ ਨਾਲ ਕਹਿੰਦੇ ਨੇ ਇਹਨਾਂ ਦਿਨਾਂ ਦੌਰਾਨ ਇੱਕ ਤਾਂ ਗੁਰਬਾਣੀ ਪ੍ਰਸਾਰ ਨੂੰ ਲੈ ਕੇ ਕਾਫੀ ਚਰਚਾ ਚੱਲ ਰਹੀ ਹੈ ਕਿ ਸ੍ਰੀ ਹਰਮੰਦਰ ਸਾਹਿਬ ਤੋਂ ਗੁਰਬਾਣੀ ਕਿਸ ਤਰ੍ਹਾਂ ਪ੍ਰਸਾਰਨ ਕੀਤੀ ਜਾਵੇ। ਦੂਸਰਾ ਮਾਮਲਾ ਕਿ ਮੀਡੀਆ ਤੇ ਗਲਬਾ ਬਣਾਇਆ ਹੋਇਆ ਪੰਜਾਬ ਸਰਕਾਰ ਨੇ। ਇਹ ਪਹਿਲੀ ਵਾਰ ਹੋਇਆ ਕਿ ਸਰਕਾਰ ਦੇ ਕੁਝ ਕੱਚੇ ਕਰਮਚਾਰੀ ਚੈਨਲ ਵਾਲਾਂ ਨੂੰ ਕਹਿੰਦੇ ਨੇ ਕਿ ਫਲਾਣੀ ਖਬਰ ਚਲਾਓ ਫਲਾਣੀ ਨਾ ਚਲਾਓ। ਇਸੇ ਤਰ੍ਹਾਂ ਅਖਬਾਰਾਂ ਲਈ ਵੀ ਇੱਕ ਦਿੱਕਤ ਬਣੀ ਹੋਈ ਹੈ ਕਿ ਅਖਬਾਰ ਵੀ ਕਟਕੁਤਲੀ ਬਣੇ ਹੋਏ ਨੇ। ਹੋਰ ਵੀ ਮੁੱਦਿਆਂ ਤੇ ਅਸੀਂ ਗੱਲ ਕਰਾਂਗੇ ਜੋ ਪੰਜਾਬ ਨਾਲ ਸੰਬੰਧਿਤ ਨੇ। ਰਕਸ਼ਸ ਸਵਾਗਤ ਹੈ ਤੁਹਾਡਾ। ਸ਼ੁਕਰੀਆ ਜੀ ਬਤਵ। ਡਾਕਟਰ ਸਾਹਿਬ ਪਹਿਲਾ ਸਵਾਲ ਇਹ ਹੈ ਕਿ ਗੁਰਬਾਣੀ ਨੂੰ ਲੈ ਕੇ ਗੁਰਬਾਣੀ ਦਾ ਪ੍ਰਸਾਰਣ ਕਿਵੇਂ ਹੋਵੇ? ਹਰਮੰਦਰ ਸਾਹਿਬ ਤੋਂ ਰਲੇ ਕਿਸ ਤਰ੍ਹਾਂ ਹੋਵੇ? ਕਿਉਂਕਿ ਤੁਸੀਂ ਬਚਪਨ ਤੋਂ ਗੁਰਬਾਣੀ ਨਾਲ ਜੁੜੇ ਹੋਇਓ। ਗੁਰਬਾਣੀ ਦੀਆਂ ਕਦਰਾਂ ਕੀਮਤਾਂ ਦਾ ਤੁਹਾਨੂੰ ਪਤਾ ਹੈ। ਗੁਰਬਾਣੀ ਸਮਾਜ ਨੂੰ ਕਿਵੇਂ ਚੰਗੀ ਸੇ ਦੇ ਸਕਦੇ? ਉਹਦੇ ਬਾਰੇ ਵੀ ਤੁਸੀਂ ਆਪਣੀ ਗੱਲ ਕਹਿੰਦੇ ਰਹਿੰਦੇ ਹੋ। ਕੀ ਲੱਗਦਾ ਕਿ ਕਿਸ ਤਰ੍ਹਾਂ ਦਾ ਪ੍ਰਵਾਹ ਹੋਏ ਗੁਰਬਾਣੀ ਦਾ? ਅ ਕੋਕਰ ਸਾਹਿਬ ਦੇਖੋ ਇੱਕ ਸਿੱਖ ਫਲਸਫਾ ਐਸਾ ਹੈ। ਜਿਹੜਾ ਜੀਵਨ ਦੇ ਹਰ ਪੈਜ ਨੂੰ ਨੂੰ ਛੂੰਦਾ ਓਕੇ ਚਾਹੇ ਉਹ ਰੋਹਾਨੀ ਹੈ ਚਾਹੇ ਉਹ ਇਨਸਾਨੀ ਹੈ ਚਾਹੇ ਉਹ ਅਰਥਚਾਰਾ ਹੈ ਚਾਹੇ ਉਹ ਸੱਭਿਆਚਾਰ ਹੈ ਚਾਹੇ ਉਹ ਸਮਾਜ ਹੈ ਚਾਹੇ ਉਹ ਸਿਆਸਤ ਹੈ ਚਾਹੇ ਉਹ ਰਾਜ ਹੈ ਚਾਹੇ ਉਹ ਬਾੜਾ ਲੋਕਾਂ ਦੇ ਵਿੱਚ ਚਾਹੇ ਉਹ ਬਿਛੜੇ ਨੇ ਸਮਾਜ ਚ ਇਹਨਾਂ ਸਾਰੀਆਂ ਜਾਂ ਕਰਮकांड ਹੈ ਇਹਨਾਂ ਸਾਰੀਆਂ ਗੱਡਾਂ ਜੇ ਕੋਈ ਛੂੰਦਾ ਫਲਸਫਾ ਹੈ ਧਰਮ ਦੇ ਵਿੱਚ ਤੋਂ ਕਲਾ ਸਿੱਖਤਰ ਫਲਸਫਾ ਹੈ ਉਹਦੇ ਵਿੱਚ ਕੋਈ ਨਾ ਫਲਸਫਾ ਹੀ ਨਹੀਂ ਉਹ ਉਹ ਫਲਸਫਾ ਅਮਲ ਚ ਆਇਆ ਇਤਿਹਾਸ ਆ ਉਹਨੇ ਬਣਾਇਆ ਹੋਇਆ ਬਿਲਕੁਲ ਸੋ ਅੱਜ ਜ਼ਰੂਰੀ ਇਹ ਹੈ ਵੀ ਜਦ ਦਰਬਾਰ ਸਾਹਿਬ ਜਿਹੜਾ ਸਭ ਦਾ ਸੰਜ ਉਹਦੇਸ਼ ਚੌਵਰਨਾ ਕੋ ਸੰਜਾ ਉੱਥੋਂ ਕਥਾ ਉੱਥੋਂ ਕੀਰਤਨ ਉੱਥੋਂ ਮੁਖਵਾਕ ਉੱਥੋਂ ਗੁਰਬਾਣੀ ਦਾ ਪਾਠ ਉੱਥੋਂ ਗੁਰਬਾਣੀ ਦੇ ਅਰਥ ਉੱਥੋਂ ਢਾਡੀ ਵਾਰਾਂ ਜੇ ਵੀ ਕੋਈ ਵਾਰ ਦੇ ਰੂਪ ਚ ਕੋਈ ਗੱਲ ਕਥਾ ਦੇ ਰੂਪ ਸੁਣਾਉਣੀ ਆ ਕਿਉਂਕਿ ਕਥਾ ਤਾਂ ਕਥਾ ਹੀ ਆ ਉੱਥੇ ਉੱਥੇ ਕਿਉਂਕਿ ਵਾਰ ਤਾਂ ਸਿੱਧਿ ਗਈ ਨਹੀਂ ਜਾਂਦੇ ਉੱਥੇ ਸ਼ਬਦੀ ਗਾ ਜਾਂਦੇ ਆ ਸੋ ਇਹ ਸਾਰੇ ਕਾਸੇ ਦਾ ਲੋਕਾਂ ਦੇ ਵਿੱਚ ਇੱਕ ਅੱਛਾ ਇਨਸਾਨ ਬਣਾਉਣ ਵਾਸਤੇ ਤੇ ਇੱਕ ਦੂਜੇ ਨਾਲ ਤਿਆਰਮਾ ਬਥਰਨਾ ਰਹਿਣ ਵਾਸਤੇ ਕਿਰਤਰੀ ਕਾਲ ਖਾਏ ਕਿਸ ਹੱਥੋਂ ਦੇ ਵਾਲਾ ਸੰਦੇਸ਼ ਦੇਣ ਵਾਸਤੇ ਗੁਰਬਾਣੀ ਸਾਰਿਆਂ ਕੋਲ ਜਾਣੀ ਜ਼ਰੂਰੀ ਹੈ ਔਰ ਜਿਹੜਾ ਐਸਜੀਪੀਸੀ ਕਹਿੰਦੀ ਹੈ ਕਿ ਸਾਡਾ ਤੇ ਉਦੇਸ਼ ਇਹੀ ਹੈ ਐਸਜੀਪੀ ਦੇ ਸਾਰੇ ਉਦੇਸ਼ਾਂ ਤੋਂ ਸਭ ਤੋਂ ਪਹਿਲਾ ਉਦੇਸ਼ ਇਹ ਹੈ ਪਾਵਰਜ਼ ਐਂਡ ਫੰਕਸ਼ਨ ਆਫ ਦੀ ਬਿਲਕੁਲ ਤੋ ਉਹਦੇ ਵਿੱਚ ਉਹ ਉਦੇਸ਼ ਚ ਕਿਤੇ ਨਾ ਕਿਤੇ ਕਿਤੇ ਨਾ ਕਿਤੇ ਗੜਬੜੇ ਹੋ ਗਈ ਵੀ ਗੁਰਬਾਣੀ ਨੂੰ ਹੀ ਵਪਾਰ ਬਣਾਤਾ ਕਹੇ ਨੂੰ ਕੋਈ ਮੰਨੇ ਨਾ ਮੰਨੇ ਵਪਾਰ ਕੋਈ ਜ਼ਰੂਰੀ ਨਹੀਂ ਹੁੰਦਾ ਵੀ ਸਿੱਧੇ ਪੈਸੇ ਨਾਲ ਕੋਈ ਚੀਜ਼ ਨਹੀਂ ਲੱਗਿਆ ਜਿਵੇਂ ਰਿਸ਼ਵਤ ਕੋਈ ਆਇਆ ਨਹੀਂ ਹੁੰਦਾ ਵੀ ਪੈਸੇ ਦਿੱਤੇ ਨੇ ਕਿਸੇ ਨੇ ਉਹ ਤੋਂ ਕੰਮ ਕਰਾ ਲਿਆ ਉਹਨੇ ਉਹਦਾ ਕਰਤਾ ਬਿਲਕੁਲ ਦੋ ਨਜਾਇਜ਼ ਕੰਮ ਦਿਖਾ ਨਹੀਂ ਕਰਤੇ ਇੱਕ ਦੂਜੇ ਦੇ ਤਾਂ ਵੀ ਤੇਰੀ ਸੋਚ ਇਹ ਸੁਣ ਨਜਾਇਜ਼ ਜਿਹੜਾ ਹੈ ਗੁਰਬਾਣੀ ਦੇ ਵਿੱਚ ਇੱਕ ਸਭ ਤੋਂ ਵੱਡਾ ਦੁਖਾਂਤ ਹੀ ਹੋਇਆ ਹੈ 11 ਸਾਲ ਤੱਕ ਉਹਨੇ ਠੇਕੇ ਦਿੱਤਾ ਕਿਸੇ ਦਾ ਠੇਕਾ ਕਹਿ ਲੋ ਨਾ ਕਹਿ ਲੋ ਇੱਕ ਚੈਨਲ ਚਲਾਉਂਦਾ ਸੀ ਗੁਰਵਾਨੀ ਹੁਣ ਕਈ ਕਹਿੰਦੇ ਨੇ ਕਿ ਉਹ ਤਾਂ ਠੀਕ ਚਲਾ ਰਿਹਾ ਸੀ ਜੀ ਉਹਨੂੰ ਤਾਂ ਕੋਈ ਪੈਸਾ ਨਹੀਂ ਸੀ ਮੈਂ ਇੱਚੇ ਮੇਰੇ ਘਰੇ ਲੱਗੇ ਹੋਇਆ ਮੈਂ ਪੀਟੀਸੀ ਨਹੀਂ ਲਿਆ ਹੋਇਆ ਤਾਂ ਕੀ ਮੇਰੇ ਚ ਵੀ ਕਿਸੇ ਚੱਲ ਸਕਦਾ ਜੇ ਮੈਂ ਇੱਕ ਪੈਕਟ ਕਿ ਪੈਕੇਜ ਨਹੀਂ ਹੈਗਾ ਕੀ ਕਦੀ ਗੁਰਵਾਨੀ ਉੱਤੇ ਆ ਸਕਦੀ ਹੈ ਮੇਰਾ ਇੱਕ ਕੁਐਸਚਨ ਹੈ ਜੇ ਉਹ ਨਹੀਂ ਆ ਸਕਦੀ ਮੈਨੂੰ ਕੋਈ ਨਾ ਕੋਈ ਚੈਨਲ ਲੈਣਾ ਪੈਂਦਾ ਡਿਸ਼ ਦੇ ਵਿੱਚ ਤੇ ਕਈਆਂ ਦੇ ਵੀ ਨਹੀਂ ਆਉਂਦੀ ਜੇ ਇਹਦਾ ਮਤਲਬ ਬਹੁਤ ਚੰਦੇ ਨਹੀਂ ਆਉਂਦੀ ਇੱਕ ਤਾਂ ਇਹ ਹੈ ਸੁਝੇ ਹੈ ਵੀ ਡਿਊਟੀ ਉਹ ਤਾਂ ਅਗਲਾ ਵਪਾਰ ਕਰਦਾ ਹੈ ਵਪਾਰੀ ਤਾਂ ਹਰੇਕ ਕੀ ਕਹਿੰਦਾ ਲਓ ਜੀ ਮੈਂ ਠੇਕਾ ਦੇ ਦੋ ਠੱਕੜਾ ਪ੍ਰਸ਼ਾਦ ਵੀ ਠੇਕਾ ਲੈ ਨੂੰ ਤਿਆਰ ਠੇਕਾ ਸੰਢੀ ਜੇ ਠੇਕੇ ਹੁੰਦੇ ਵੀ ਹੁਣ ਉਹ ਤਾਂ ਸਰਾ ਦਾ ਵੀ ਠੇਕਾ ਲੈ ਨੂੰ ਤਿਆਰ ਵੀ ਕਹੀ ਇੱਥੇ ਸਰਾ ਦਾ ਮੈਂ ਕੰਮ ਰੇ ਦੇਦਾ ਕਰੂੰ ਸੋ ਕਿਸੇ ਨੂੰ ਕੋਈ ਠੇਕਾ ਲੈਣ ਚ ਵਪਾਰੀ ਨਹੀਂ ਤਾਂ ਉਹ ਠੇਕਾ ਚਾਹੇ ਧਰਮ ਦਾ ਦਾ ਰਹਾ ਚਾਹੇ ਨਾ ਨਾ ਧਰਮ ਦਾ ਚਾਹੇ ਸਿੱਖਿਆ ਦਾ ਉਹ ਤਾਂ ਹਰੇਕ ਜਗ੍ਹਾ ਤੇ ਠੇਕਾ ਲੈ ਨੂੰ ਚਾਹ ਰਿਹਾ ਵਪਾਰੀ ਦਾ ਮੈਂ ਕੋਈ ਇਹਦੀ ਚੋਹ ਨਹੀਂ ਮੰਨਦਾ ਵਪਾਰੀ ਨੂੰ ਤਾਂ ਉਹਦਾ ਵਪਾਰ ਕਰਨਾ ਹੈ ਸਵਾਦ ਇਹ ਜਿਹਨੇ ਦਿੱਤਾ ਉਡੀ ਜ਼ਿੰਮੇਵਾਰੀ ਉਹਦੀ ਜ਼ਿੰਮੇਵਾਰੀ ਹੈ ਐਸਜੀਪੀਸੀ ਨੇ ਕਿਉਂ ਦਿੱਤਾ ਕਿਉਂਕਿ ਦਰਵਾਜ਼ਾ ਸਤ ਸਾਰੇ ਵਾਸਤੇ ਸੰਜਿਆ ਉਹ ਤੁਸੀਂ ਸੀਮਿਤ ਕਿਵੇਂ ਕਰਤਾ ਉਹ ਹਰੇਕ ਚੈਨਲ ਨੂੰ ਮਿਲਣਾ ਚਾਹੀਦਾ ਉਹ 24 ਘੰਟੇ ਕੋਈ ਸੁਣੇ ਨਾ ਸੁਣੇ ਰਿਲੇ ਹੁੰਦਾ ਰਹਿਣਾ ਚਾਹੀਦਾ ਕਿਉਂਕਿ ਕਿਸੇ ਨੂੰ ਕਿਸੇ ਵੇਲੇ ਸਮਾਂ ਸਾਰੀ ਦੁਨੀਆ ਸੁਣਿਆ ਜਾਂਦਾ ਇੱਥੇ ਸਾਡੇ ਰਾਤ ਆ ਉੱਥੇ ਦਿਨ ਹੈ ਜਿੱਥੇ ਉਹ ਉੱਥੇ ਰਾਤ ਆ ਉਰੇ ਦਿਨ ਹੈ ਸੋ ਇਸ ਕਰਕੇ 24 ਘੰਟੇ ਜਿੰਨਾ ਚਿਰ ਵੀ ਦਰਵਾਜ਼ਾ ਖੁੱਲਰ ਰਹਿੰਦਾ ਉਹ ਪ੍ਰਵਾਹ ਚੱਲਦਾ ਹੈ ਉਹ ਸਾਰਾ ਪ੍ਰਵਾਹ ਲੋਕਾਂ ਨੂੰ ਦੁਨੀਆ ਦੇ ਕੋਨੇ-ਕੋਨੇ ਦੇ ਵਿੱਚ ਉਪਲਬਧ ਹੋਣਾ ਚਾਹੀਦਾ ਹੈ ਤੇ ਉਹ ਕੋਈ ਬਿਨਾ ਸ਼ੁਲਕ ਦੇ ਹੋਣਾ ਚਾਹੀਦਾ ਉਹਨੂੰ ਪੈਸਾ ਨਾ ਲਾਉਣਾ ਪਵੇ ਨਾਲ ਡਾਕਟਰ ਜੀ ਵੀ ਕੀ ਬਹੁਤ ਸਾਰੇ ਧਰਮਾਂ ਨੇ ਆਪਣੇ ਚੈਨਲ ਚਲਾਏ ਹੋਏ ਨੇ ਕਈ ਧਰਮਾਂ ਦਾ ਪ੍ਰਚਾਰ ਚੈਨਲ ਰਾਹੀਂ ਹੋ ਰਿਹਾ ਜਿਸ ਤਰ੍ਹਾਂ ਦਾ ਦੌਰ ਆ ਜੁਗਾ ਐਸਜੀਪੀਸੀ ਪਛੜ ਗਈ ਆਪਣਾ ਚੈਨਲ ਲਾਉਣ ਤੋਂ ਐਸਜੀਪੀਸੀ ਨੂੰ ਕੀ ਕਰਨਾ ਚਾਹੀਦਾ ਨਹੀਂ ਨਹੀਂ ਐਸਜੀਪੀਸੀ ਪਛੜੀ ਨਹੀਂ ਐਸਜੀਪੀਸੀ ਜਾਣਬੁੱਝ ਕੇ ਪਛੜੀ ਐਸਜੀਪੀਸੀ ਨੂੰ ਸਭ ਤੋਂ ਪਹਿਲਾਂ ਕਹਿੰਦੀ ਅਸੀਂ ਟਰਾਂਸਮਿਟਰ ਲਾਉਣਾ ਐਸਜੀਪੀਸੀ ਨੇ ਤਾਂ 1982 ਚ ਕੋ ਐਡਾ ਵੱਡਾ ਸਟਰਗਲ ਲਾਂਚ ਕਰਿਆ ਅਕਾਲੀ ਦਲ ਦੀ ਮੰਗ ਸੀ ਮੰਗ ਹੀ ਨਹੀਂ ਉਹ ਜਿਹੜਾ ਨਾ ਅਨੰਦਪੁਰ ਦੇ ਮੱਚੇ ਦੀ ਮੰਗ ਦੇ ਨਾਲ ਨਾਲ ਧਰਮ ਯੁੱਧ ਮੋਰਚਾ ਸੀ ਉਹ ਤਾਂ ਪਹਿਲਾਂ ਨਹਿਰੂ ਕੋ ਮੋਰਚਾ ਸੀ ਉਸ ਤੋਂ ਬਾਅਦ ਧਰਮ ਯੁੱਧ ਮੋਰਚਾ ਜਦ ਬਣ ਗਿਆ ਉਹਦੇ ਚ ਇੱਕ ਮੰਗ ਇਹ ਵੀ ਸੀ ਟ੍ਰਾਂਸਮਿਟਰ ਲਾਉਣ ਦਰਬਾਰ ਸਾਹਿਬ ਚ ਕਿਉਂਕਿ ਐਫਐਮ ਰੇਡੀਓ ਹੋਰ ਉਦੋਂ ਆ ਚੈਨਲ ਤਾਂ ਉਦੋਂ ਇੰਨੇ ਹੈ ਨਹੀਂ ਸੀਗੇ ਨਾ ਸੋ ਇਸ ਕਰਕੇ ਜਿਉ ਮੰਗ ਸੀ ਇਹਨਾਂ ਤਾਂ ਅੱਜ ਤੋਂ 40 ਸਾਲ ਪਹਿਲਾਂ ਮੰਗ ਸੀ ਇਹ ਨੂੰ ਜੋ ਫੋਟੋਗ੍ਰਾਫਿਕ ਇਹਦੇ ਨੂੰ ਚੰਦੇ ਵਿੱਚ ਹੋਣੀ ਲੋੜ ਹੈ ਉਦੋਂ ਕਿਉਂਕਿ ਸਰਕਾਰੀ ਸਿਸਟਮ ਦੇ ਅਧੀਨ ਸੀ ਬਾਅਦ ਵਿੱਚ ਸੈਟੇਲਾਈਟ ਚੈਨਲ ਆ ਕੇ ਪ੍ਰਾਈਵੇਟ ਕੋਈ ਵੀ ਲਾ ਸਕਦਾ ਪ੍ਰਾਈਵੇਟ ਕੋਈ ਵੀ ਲਾ ਸਕਦਾ ਹੈ ਸੋ ਇਸ ਕਰਕੇ ਹੁਣ ਤਾਂ ਇਹਨਾਂ ਨੂੰ ਕੋਈ ਬਹੁਤੇ ਵੱਡਾ ਤਰਸਦ ਵੀ ਨਹੀਂ ਕਰਨਾ ਪੈਣਾ ਸੀ ਥੋੜੇ ਪੈਸੇ ਦੀ ਲੋੜ ਆ ਸਿੱਖ ਸੰਗਤ ਦੇ ਕੋਲ ਤੋਂ ਪੈਸੇ ਹੀ ਬਹੁਤ ਦੇਣ ਨੂੰ ਤਿਆਰ ਨੇ ਇੱਕੋ ਧਰਮ ਐਸਾ ਜਿੱਦੇ ਜਿਹੜੇ ਪੈਸੇ ਦੀ ਕਦੇ ਘਾਟ ਨਹੀਂ ਹੁੰਦੀ ਅੱਜ ਹੁਕਾ ਦੇ ਦੇਣ ਵੀ ਪੈਸਾ ਚਾਹੀਦਾ ਆਉਂਦੀ ਆ ਜੂ ਐਡਾ ਵੱਡਾ ਕਾਲ ਤਖਤ ਬੁੱਟਾ ਸਿੰਘ ਬਣਾ ਗਿਆ ਸੀ ਢਾ ਕੇ ਅਗਲੇ ਨੇ 4 ਦਿਨ ਤੱਕ ਦੁਬਾਰਾ ਬਣਾਤਾ ਪੈਸੇ ਤਾਂ ਕਿਤੇ ਲੱਗੇ ਨਹੀਂ ਉਹਦੇ ਤੇ ਸੋ ਇਸ ਕਰਕੇ ਆਪਾਂ ਨੂੰ ਇਹ ਗੱਲ ਸਮਝ ਲੈਣੀ ਚਾਹੀਦੀ ਐਸਜੀਪੀ ਸਾਹਿਬ ਵੱਡਾ ਕਸੂਰਾ ਇਹ ਕੋਈ ਮੰਨੇ ਕੋਈ ਨਾ ਮੰਨੇ ਅੱਜ ਕੋਈ ਕਹੀ ਜਾਵੇ ਉਹਨਾਂ ਨੇ ਇੱਕ ਮੌਕਾ ਦਿੱਤਾ ਸਰਕਾਰ ਨੂੰ ਕਿ ਉਹ ਜ਼ਿਕਰ ਨਾ ਜੀ ਕਰੇ ਪਰ ਸਰਕਾਰ ਨੇ ਜੀ ਜ਼ਿਕਰ ਨਾ ਜੀਆ ਪਹਿਲੀ ਗੱਲ ਇਹ ਪੱਕਾ ਇਹ ਕੋ ਕੀ ਐਸਜੀਪੀਸੀ ਨੂੰ ਆਪ ਪ੍ਰਬੰਧ ਕਰਨਾ ਬੰਦ ਹੈ ਔਰ ਉਹਨਾਂ ਨੂੰ ਅਕਾਲ ਤਖਤ ਸਾਹਿਬ ਦੇ ਜਸਤੇਦਨ ਹੁਕਮ ਵੀ ਕਰੇ ਹੋਏ ਸੀ ਦੋ ਵਾਰ ਹੁਕਮ ਦੋ ਵਾਰੀ ਹੁਕਮ ਕਰਿਆ ਉਦੋਂ ਪਹਿਲਾਂ ਅਕਾਲੀ ਦਲ ਨੇ ਕਹਿ ਆਵਦੇ ਮੈਨੀਫੈਸਟਨਾ ਐਸੀਬੀ ਸੇ ਚੋਣਾਂ ਵੇਲੇ ਵੀ ਕਿਆ ਹੋਇਆ ਸੀ ਵੀ ਅੱਛੇ ਅਸੀਂ ਚਾਦੂ ਕਰਾਂਗੇ ਸੋ ਇਸ ਕਰਕੇ ਮੈਨੂੰ ਐ ਲੱਗਦਾ ਕਿਤੇ ਨਾ ਕਿਤੇ ਆਪਦੇ ਵੈਦਿਆਂ ਤੋਂ ਵੈਦੇ ਵੀ ਛੱਡੋ ਗੁਰੂ ਨਾਲ ਜਿਹੜਾ ਉਹਨਾਂ ਦਾ ਆਪਸ ਵਿੱਚ ਸਮਝਾਤਾ ਹੈ ਵੀ ਅਸੀਂ ਤਾਂ ਤੇਰੀਆਂ ਉਹ ਜਿਹੜੇ ਅਸਿਸਟੈਂਟ ਤੇਰੀਆਂ ਉਹਦੇ ਚ ਕਿਤੇ ਨਾ ਕਿਤੇ ਖਾਰ ਪੈ ਗਈ ਇਕ ਜਾਈ ਹੁਣ ਪਰ ਦੂਜੇ ਪਾਸਾ ਦੂਜੇ ਪਾਸੇ ਇਹ ਵੀ ਐਸਜੀਪੀਸੀ ਗੱਪੀ ਕਰਦੀ ਆ ਉਹ ਨਹੀਂ ਕਰ ਰਹੀ ਉਹਨੂੰ ਸਿੱਖ ਸੰਗਤ ਸਜਬੂਰ ਕਰੇ ਨਾ ਕੋਈ ਗੁਰਵਾਨ ਤਾਂ ਸਿੱਖ ਸੰਗਤ ਵੀ ਐਂ ਤਾਂ ਸਿੱਖ ਸੰਗਤ ਵਾਸਤੇ ਜਾਂ ਮੇਰੇ ਵਰਗੇ ਕੋਹ ਚਾਰ ਬੰਦੇ ਜਿਹੜੇ ਨਹੀਂ ਵੀ ਜਿਨ੍ਹਾਂ ਨੂੰ ਸਿੱਖ ਮੰਨਦੇ ਕੱਲ ਜਦੋਂ ਗਵਰਨਰ ਨੂੰ ਮੰਗ ਪੱਤਰ ਦੇਣਗੇ ਹਰਜਿੰਦਰ ਸਿੰਘ ਧਾਮੀ ਉਹ ਕਹਿੰਦੇ ਸਿੱਖਾਂ ਦੀਆਂ ਭਾਵਨਾਵਾਂ ਨੇ ਉਹਦੀ ਅਸੀਂ ਕਦਰ ਕਰਦੇ ਆ ਕਿ ਅਸੀਂ ਆਪਣਾ ਚੈਨਲ ਚਲਾਵਾਂਗੇ ਦੇਰੀ ਹੋ ਸਕਦੀ ਆ ਗੱਲ ਨੂੰ ਸਮਝਦੇ ਨੇ ਕੋਈ ਨਾ ਕੋਈ ਦਬਾਅ ਚ ਹੋ ਜ਼ਰੂਰ ਨੇ ਦੇਖੋ ਗੱਲ ਇਹ ਹੈ ਵੀ ਗੱਲ ਸਮਝਣ ਦਾ ਕੀ ਫਾਇਦਾ ਕਹਿੰਦਾ ਦੂਵੀ ਤਾਂ ਤਾਂ ਜੇ ਸਾਨਾ ਆਇਆ ਐਨੇ ਚਿਰ ਤੋਂ ਧਾਮੀ ਸਾਹਿਬ ਧਾਮੀ ਸਾਹਿਬ ਚ ਹਿੰਮਤ ਕਿਉਂ ਨਹੀਂ ਉਹ ਡਟ ਕੇ ਕਹਿੰਦਾ ਵੀ ਬਿਲਕੁਲ ਗਲਤ ਹੈ ਮੈਂ ਤੁਹਾਨੂੰ ਹੁਣ ਦੱਸਦਾ ਕਿਸੇ ਨੂੰ ਬੋੜਾ ਲੱਗੇ ਚੰਗਾ ਲੱਗੇ ਧਾਮੀ ਸਾਹਿਬ ਨੇ ਜਿਹੜੀ ਪ੍ਰੈਸ ਕਾਨਫਰੰਸ ਕਰੀ ਸੀ ਉਹ ਪ੍ਰੈਸ ਕਾਨਫਰੰਸ ਤੇ ਓਪਨ ਨਹੀਂ ਕਹਿੰਦੇ ਵੀ ਦੇਖੋ ਅਸੀਂ ਚੈਨਲ ਚਲਾਵਾਂਗੇ ਸਭ ਤੋਂ ਦੇਰੀ ਹੋ ਸਕਦੀ ਹੈ ਇਹ ਹੀ ਗੱਲ ਕਹਿੰਦੇ ਉੱਥੇ ਡਟ ਕੇ ਪਰ ਸਰਕਾਰ ਨੂੰ ਅਸੀਂ ਦਖਲ ਦਾ ਜਾਇ ਨਹੀਂ ਕਰਨ ਦਿੰਦੇ ਅੱਜ ਇਹਨਾਂ ਦੇ ਇਹਨਾਂ ਨੇ ਕਹਿਤਾ ਅਸੀਂ ਚੈਨਲ ਤੋਂ ਕਾਨੂੰਨ ਇੱਥੇ ਸਾਡੀ ਮਰਿਆਦਾ ਚ ਦਖਲੰਦ ਜੀ ਕਰਨਗੇ ਵਿਆਹ ਮਰਿਆਦਾ ਤੇ ਜੀ ਸਾਇੰਸ ਦੇ ਹਿਸਾਬ ਨਾਲ ਮਿਲਦੀ ਨਹੀਂ ਤੁਸੀਂ ਇਹ ਨਾ ਕਰੋ ਆ ਫਲਾਣੀ ਮਰਿਆਦਾ ਤੇ ਮਿਲਦੀ ਨਹੀਂ ਤੁਸੀਂ ਇਹ ਨਾ ਕਰੋ ਉਹ ਤੁਸੀਂ ਸਬਰੀ ਮਾਲਾ ਮੰਦਿਰ ਦੇ ਵਿੱਚੋਂ ਸੁਪਰੀਮ ਕੋਰਟ ਆ ਹਾਈ ਕੋਰਟ ਦੇ ਫੈਸਲੇ ਹੋਏ ਤਾਂ ਤੁਸੀਂ ਲਾਗੂ ਨਹੀਂ ਕਰਾ ਸਕੇ ਹੈ ਤੁਸੀਂ ਸਾਡੇ ਤੇ ਦਖਲੰਦ ਜੀ ਕਰਦੇ ਹੋ ਤੁਹਾਨੂੰ ਕਿਵੇਂ ਹਿੰਮਤ ਪਾਈ ਗਈ ਸਰਕਾਰ ਨੂੰ ਹਿੰਮਤ ਨਹੀਂ ਹੋਣੀ ਚਾਹੀਦੀ ਬਿਲਕੁਲ ਨਹੀਂ ਅਸੀਂ ਬਰਦਾਸ਼ਤ ਕਰਾਂਗੇ ਪਰ ਨਾ ਦੀ ਨਾਲ ਹੀ ਦੱਸਣਾ ਪਊਗਾ ਵੀ ਅਸੀਂ ਆ ਵੀ ਕਰਾਂਗੇ ਇਹ ਤਾਂ ਸਾਨੂੰ ਮੰਨਣਾ ਹੀ ਪਊਗਾ ਸੋ ਧਾਮੀ ਸਾਹਿਬ ਨੇ ਨਹੀਂ ਕਿਹਾ ਮੈਂ ਪ੍ਰੈਸ ਕਾਨਫਰੰਸ ਸੁਣੀਏ ਮਾਫ ਕਰਨਾ ਹੋਂਟਾ ਵੀ ਸਾਹਿਬ ਵਰਨਨ ਨੂੰ ਮਿਲ ਕੇ ਆਏ ਨੇ ਉਦੋਂ ਉਹਨਾਂ ਨੇ ਗੱਲਬਾਤ ਕਰਨ ਵਰਨਨ ਸਾਹਿਬ ਨੂੰ ਮਿਲਣ ਦੀ ਗੱਲ ਵੀ ਦੱਸਣੀ ਹੋਂਟੋ ਜੀ ਦੇਖੋ ਇਹ ਛੋਈ ਪਤਾ ਲੱਗਦਾ ਹੈ ਗੁਰੂ ਨਾਨਕ ਦੇਵ ਜੀ ਵੇਲੇ ਕੋਈ ਇਦਾਂ ਦੀ ਫਾਰਮਲ ਰਸਮੀ ਸਿੱਖਿਆ ਨਹੀਂ ਸੀ ਇਹ ਤਾਂ ਬਕੀ ਹੁੰਨੇ ਉਹ ਤਾਂ ਇਹ ਜਿੱਥੇ ਜਾਂਦੇ ਸੀ ਵੱਡੇ ਵੱਡੇ ਵਿਦਵਾਨ ਹੁੰਦੇ ਸੀ ਉਸ ਆਪਣੇ ਆਪਣੇ ਧਰਮਾਂ ਦੇ ਆਪਣੇ ਆਪਣੇ ਸਮਿਆਂ ਦੇ ਉਹ ਸਾਰਿਆਂ ਨਾਲ ਬਿਨਾਂ ਉਹਨਾਂ ਨੂੰ ਕਹੇ ਵੀ ਅਸੀਂ ਤੁਹਾਨੂੰ ਹਰਉਣ ਆਏ ਆ ਜਾਂ ਜਿੱਤਣ ਆਏ ਆ ਉਹਨਾਂ ਨੂੰ ਚੁੱਪ ਕਰਾ ਕੇ ਆ ਜਾਂਦੇ ਸੀ ਗੱਲਬਾਤ ਸੀ ਸੰਵਾਦ ਇਹਨਾਂ ਨਾਲ ਚਾਹੁੰਦੇ ਸੀ ਨਹੀਂ ਅਗੜਾ ਵੈਸੀ ਨਤਮਸ ਹੋ ਜਾਂਦਾ ਵੀ ਗਲਤ ਹੈ ਯਾਰ ਇਹਨਾਂ ਦੀ ਠੀਕ ਹੈ ਤੁਸੀਂ ਸਿੱਧ ਗੋਸ਼ਟ ਪਰੋ ਤੁਸੀਂ ਮਾਰੂ ਸੋਲੇ ਪਰੋ ਤੁਸੀਂ ਜਿੱਥੇ ਜਾ ਕੇ ਤੁਸੀਂ ਆਰਤੀ ਪਾਲੋ ਜੇ ਆਰਤੀ ਜਾ ਕੇ ਪੂਰੀ ਦੇ ਵਿੱਚ ਕਰ ਸਕਦੇ ਨੇ ਉਲੀਸਾ ਦੇ ਵਿੱਚ ਤੇ ਫਿਰ ਆਪਾਂ ਪਤਾ ਹੀ ਹੈ ਨਾ ਜੇ ਹਰਦਵਾਰ 'ਚ ਜਾ ਕੇ ਕਰ ਸਕਦੇ ਨੇ ਜੇ ਕੁਲਕਿਸ਼ ਇੱਥੇ ਜਾ ਕੇ ਸੋ ਉਹਨਾਂ ਨੇ ਸਾਰਾ ਇੱਕ ਦਲੀਲ ਨਾਲ ਗੱਲ ਕਰ ਦਿੱਤੀ ਸੀ ਠੀਕ ਹੋ ਗਿਆ ਹੁੰ ਤਾਂ ਅਮੀਰ ਸਾਹਿਬ ਗਏ ਨੇ ਜੋ ਮੈਂ ਪੜਿਆ ਅਖਬਾਰਾਂ ਚ ਮੈਨੂੰ ਹੀ ਪਤਾ ਮੈਨੂੰ ਕੀ ਦਿੱਤਾ ਪਰ ਅਖਬਾਰਾਂ ਚ ਇਹ ਆਇਆ ਹੈ ਵੀ ਉਹਨਾਂ ਨੇ ਗਵਰਨਰ ਸਾਹਿਬ ਨੂੰ ਕਿਹਾ ਹੈ ਕਿ ਤੁਸੀਂ ਜੀ ਇਹਤੇ ਮੋਹਰ ਨਾ ਲਾਇਓ ਕਾਨੂੰਨ ਤੇ ਬਿਲਕੁਲ ਮਨਜ਼ੂਰੀ ਨਾ ਦਿਓ ਮਨਜ਼ੂਰੀ ਨਾ ਦਿਓ ਉਹੀ ਮੋਹਰ ਲਾਉਣੀ ਨਹੀਂ ਕਰਦੇ ਮਨਜ਼ੂਰੀ ਨਾ ਦਿਓ ਇਹ ਗੱਲ ਗਵਰਨਰ ਸਾਹਿਬ ਦੇ ਹੱਥ ਚ ਨਹੀਂ ਮਨਜ਼ੂਰੀ ਨਾ ਦੇਣਾ ਇਹਦਾ ਮੈਂ ਧਮੀ ਸਾਹਿਬ ਨੂੰ ਇਹ ਤਾਂ ਅਮੀਰ ਸਾਹਿਬ ਇਹ ਕਹਿ ਸਕਦੇ ਸੀ ਜਿਹੜਾ ਕਹਿਣਾ ਚਾਹੀਦਾ ਸੀ ਜਿਹੜਾ ਨਹੀਂ ਕਿਹਾ ਕਿ ਜੀ ਆਪਿਆ 11 1964 ਦਾ ਐਕਟ ਏਰੀਆ 72 ਜਨਤਾਰ ਹੈ ਜਿਹਦੇ ਚ ਬੋਰਡ ਜਾਨੀ ਕਿ ਸ਼ਰੋਮਣੀ ਕਮੇਟੀ ਸ਼ਰੋਮਣੀ ਕਮੇਟੀ ਬਾਡੀ ਕਾਰਪੋਰੇਟ ਹੈ ਐਕਟ ਬਾਡੀ ਕਾਰਪੋਰੇਟ ਨਹੀਂ ਇਹ ਕਈ ਕਨਫਿਊਜ਼ ਕਰੀ ਜਾਂਦੇ ਨੇ ਵੀ ਸ਼ਰੋਮਣੀ ਕਮੇਟੀ ਦਾ ਜਿਹੜਾ ਐਕਟ ਹੈ ਸ਼ਰੋਮਣੀ ਗੁਰਦੁਆਰਾ ਐਕਟ ਜਿਹੜਾ ਗੁਰਦੁਆਰਾ ਐਕਟ 1925 ਵਾਲਾ 1925 ਵਾਲਾ ਵੀ ਉਹ ਕੇਂਦਰ ਪਾਰਲੀਮੈਂਟ ਦਾ ਐਕਟ ਹੈ ਉਹ ਕੋਈ ਪਾਰਲੀਮੈਂਟ ਦਾ ਐਕਚੁਅਲੀ ਨਾ ਹੋਣਾ ਉਹਦੇ ਵਿੱਚ ਜਿਹੜੇ ਬੋਰਡ ਨਾਲ ਲਿਖਿਆ ਹੈ ਵੀ ਇਹਦੇ ਤੀਜੇ ਹਿੱਸੇ ਦੇ ਵਿੱਚ ਤੀਜੇ ਭਾਗ ਦੇ ਵਿੱਚ ਜਿਹੜਾ ਬੋਰਡ ਹੈ ਓਵਰ ਬੋਡੀ ਕਾਰਪੋਰੇਟ ਹੈ ਜਾਨੀ ਕਿ ਸ਼੍ਰੋਮਣੀ ਗੁਰਦਵਾਰਾ ਪੰਥਕ ਕਮੇਟੀ ਇਹ ਜਿਹੜੀ ਧਾਰਾ 125 ਇਹ ਪਾਈ ਹੈ ਇਹ ਬੋਰਡ ਦੀਆਂ ਜ਼ਿੰਮੇਵਾਰੀਆਂ ਚ ਪਾਈ ਹੈ ਪਹਿਲੀ ਜ਼ਿੰਮੇਵਾਰੀ 125 ਚ ਬੋਰਡ ਦੀਆਂ ਦੇ ਵਿੱਚ ਪਾਵਰਜ਼ ਐਂਡ ਫੰਕਸ਼ਨ ਸੋ ਇਸ ਕਰਕੇ ਉਹ ਇਹ ਕਹਿ ਸਕਦੇ ਸੀ ਕਿ ਦੇਖੋ ਜੀ ਬੋਰਡ ਬੋਡੀ ਕਾਰਪੋਰੇਟ ਹੈ ਇਹਨਾਂ ਨੇ ਬਣਾਤਾ ਕਾਨੂੰਨ ਜੋ ਮਰਜ਼ੀ ਤੁਸੀਂ ਪ੍ਰੈਜ਼ੀਡੈਂਟ ਨੂੰ ਭੇਜੋ ਇਹ ਇਲੀਗਲ ਪਾਟ ਹੈ ਵੀ ਅਸੀਂ ਇਹਨਾਂ ਨਾਲ ਆਪੇ ਲੜਦੇ ਰਹਾਂਗੇ ਤੁਸੀਂ ਪ੍ਰੈਜ਼ੀਡੈਂਟ ਨੂੰ ਭੇਜੋ ਫਿਰ ਠੀਕ ਹੋ ਗਿਆ ਆਕਰ ਵਿਚ ਵਿਚਾਰਤ ਹੋਵੇ ਇਹਨਾਂ ਨੂੰ ਚਾਹੁੰਦੇ ਇਹ ਕਰਦੇ ਵੀ ਤੁਸੀਂ ਬਣਾਇਆ ਨਾ ਕਾਨੂੰਨ ਤੁਸੀਂ ਕਰਾ ਦਿਓ ਪਾਸ ਫਿਰ ਤੋਂ ਤੁਹਾਨੂੰ ਅਸੀਂ ਦਖਲ ਨਹੀਂ ਕਰਦੇ ਨਹੀਂ ਮੈਂ ਕਹਿੰਦਾ ਪਾਸ ਹੋ ਵੀ ਜਾਵੇ ਜਦ ਅਸੀਂ ਫੈਸਲਾ ਕਰਦੇ ਵੀ ਅਸੀਂ ਦਖਲ ਨਹੀਂ ਕਰਦੇ ਠੀਕ ਹੈ ਨਾ ਵੀ ਸਾਡੇ ਤਰ੍ਹਾਂ ਦੀ ਸਾਡਾ ਪ੍ਰਬੰਧਨ ਆ ਤੁਸੀਂ ਕੌਣ ਨਾਲ ਦਖਲ ਸੰਧ ਸਿੱਖ ਸੰਗ ਕਰਾਈ ਜੇ ਇਸ ਤਰ੍ਹਾਂ ਦਾ ਸਟੈਂਡ ਲੈਣਗੇ ਮਿਸਟਰ ਧਾਮੀ ਜੀ ਆਜੀਪੀਸੀ ਵਾਲੇ ਉਹਨਾਂ ਨੂੰ ਪਬਲਿਕ ਨੂੰ ਕੁਝ ਦਿਖਾਉਣ ਵਾਸਤੇ ਕਰਨਾ ਵੀ ਪਊਗਾ ਨਾ ਚੈਨਲ ਪਹਿਲੀ ਲਾ ਦੇਣੋ ਇਹ ਗਵਰਨਰ ਨੂੰ ਮਿਲਣ ਦੀ ਲੋੜ ਨਹੀਂ ਸੀ ਪਹਿਲੀ ਲਾ ਲ ਕਰ ਦੇ ਆਪਣਾ ਚੈਨਲ ਪਹਿਲੀ ਨਹੀਂ ਲਾ ਨਹੀਂ ਹੋਰ ਵੀ ਜਦੋਂ ਉਹਨਾਂ ਨੇ ਪ੍ਰੈਸ ਕਾਨਫਰੈਂਸ ਕਰੀ ਹੈ ਉਹਦੇ ਚ ਨਹੀਂ ਕਿਹਾ ਅਸੀਂ ਕਰ ਰਹੇ ਸੀ ਜੀ ਇਹਨਾਂ ਨੇ ਪਹਿੜ ਕਰੀ ਹੈ ਜੀ ਤੁਸੀਂ ਉੱਥੇ ਕਹਿ ਦੋ ਕਿ ਜੇ ਅਸੀਂ ਚੈਨਲ ਲਾ ਰਿਹਾ ਚੈਨਲ ਡਾਊਨ ਨਹੀਂ ਕਿਹਾ ਉਹਨਾਂ ਨੇ ਕਿਉਂਕਿ ਉਹ ਸਕੋਪ ਰੱਖ ਰਹੇ ਨੇ ਕਿਤੇ ਕਿਤੇ ਮੋਰੀ ਰੱਖ ਰਹੇ ਨੇ ਐ ਨਹੀਂ ਹੁੰਦਾ ਹੁੰਦਾ ਜਿੰਨ ਮਨ ਹੋਰ ਮੁਖ ਹੋਰ ਸੇ ਕਾਂਡੇ ਕੱਟਿਆ ਦੇਖੋ ਸੱਚੀ ਗੱਲ ਕਹਿਣੀ ਚਾਹੀਦੀ ਆ ਸਿੱਧਾ ਡਟ ਕੇ ਕਹੋ ਜਿਹੜੀ ਗੱਲ ਹੈ ਦੇਖੀ ਜੋ ਜੋ ਹੁੰਦਾ ਧਾਮੀ ਸਾਹਿਬ ਨੇ ਹੁਣ ਕੀ ਕਰਨਾ ਜੇ ਸਿੱਖ ਧਰਮ ਦੇ ਉੱਤੇ ਅਗਲੇ ਨੇ ਹਮਲਾ ਕਰਤਾ ਸੋ ਧਾਮੀ ਸਾਹਿਬ ਨੂੰ ਸਪਸ਼ਟ ਹੋਣਾ ਚਾਹੀਦਾ ਉਹਨਾਂ ਨੂੰ ਪ੍ਰਧਾਨ ਰੱਖਣਾ ਨਾ ਰੱਖਣਾ ਅਕਾਲੀ ਦਰ ਉਹਨਾਂ ਨੂੰ ਕੱਢੇ ਸੁਖਰੀਰ ਬਾਦਲ ਉਹਨਾਂ ਨੂੰ ਕੱਢ ਦੇ ਉਹ ਕਹਿੰਦੇ ਨਾ ਮੈਂ ਨਹੀਂ ਇਸ ਅੰਗਰਚੇ ਕਰਨਾ ਮੈਂ ਤਾਂ ਸੱਚ ਦੇ ਉੱਤੇ ਗੱਲ ਉਹ ਮੈਨੂੰ ਲੱਗਦਾ ਕਿ ਇਸ ਵਾਰ ਨੇ ਆਮ ਆਦਮੀ ਪਾਰਟੀ ਨੇ ਆਪਣੇ ਸਿਆਸੀ ਵਿਰੋਧੀ ਨੂੰ ਚਿਤ ਕਰਨ ਦੀ ਕੋਸ਼ਿਸ਼ ਜ਼ਰੂਰ ਕੀਤੀ ਹੈ ਆਪਾਂ ਕਹਿੰਦੇ ਆ ਕੋਸ਼ਿਸ਼ ਜੋ ਕਾਮਯਾਬੀ ਹੋ ਗਏ ਨੇ ਇੱਕ ਪ੍ਰਚਾਰ ਪ੍ਰਸਾਰ ਐਵੇਂ ਦਾ ਸੈੱਟ ਕਰਤਾ ਜਿੰਦਾ ਏਜੰਡਾ ਸੈੱਟ ਕਰਤਾ ਕਿ ਕਾਲੀਦਾਲ ਨੇ ਸਹੀ ਕੰਮ ਨਹੀਂ ਕੀਤੇ ਇੱਕ ਪਰਿਵਾਰ ਨੇ ਸਹੀ ਕੰਮ ਨਹੀਂ ਕੀਤੇ ਆਪਣੇ ਖਾਸ ਚੈਨਲ ਨੂੰ ਫਾਇਦਾ ਪਹੁੰਚਾਇਆ ਉਸ ਕਾਮਯਾਬ ਜ਼ਰੂਰ ਗਏ ਆਪਣੀ ਗੱਲ ਕਹਿਣ ਦੇ ਬਿਲਕੁਲ ਠੀਕ ਹੈ ਬਿਲਕੁਲ ਠੀਕ ਹੈ ਮੈਂ ਵੱਲ ਕੇ ਕਹਾਂਗਾ ਉਹਨਾਂ ਦੀ ਕਾਮਯਾਬੀ ਪੰਜਾਬ ਦਾ ਬਹੁਤ ਵੱਡਾ ਨੁਕਸਾਨ ਹੈ ਗੁਰਵਾਨੀ ਰਡੇ ਇਹਨਾਂ ਦੇ ਕਹਿ ਚੋ ਹੋਣ ਵੀ ਲੱਗ ਜੇ ਤਾਂ ਵੀ ਨੁਕਸਾਨ ਹੈ ਮੈਂ ਤੁਹਾਨੂੰ ਇਹ ਵੀ ਇਹ ਵੀ ਕਹਿ ਰਿਹਾ ਜਿੱਦਾਂ ਸਿੱਖ ਧਰਮ ਦੇ ਵਿੱਚ ਕਿਉਂਕਿ ਆਪ ਪਾਰਟੀ ਨਹੀਂ ਕਰਾਤਾ ਅਗਲਿਆਂ ਨੇ ਹੁਣ ਜਿਹੜੀ ਮਰਜੀ ਸਰਕਾਰ ਉਹ ਜੋ ਹਾਲਾਂਕਿ ਪਹਿਲਾਂ ਬਾਦਲ ਸਾਹਿਬ ਨੇ ਵੀ ਸਰਕਾਰ ਦੇ ਤੌਰ ਤੇ ਕਰਿਆ ਸੀਗਾ ਜਾਂ ਟਾਟਾ ਸਾਹਿਬ ਨੂੰ ਹਟਾਇਆ ਸੀਗਾ ਅਕਾਲ ਤਖਤ ਸਾਹਿਬ ਦੇ ਜੱਜਦਾਨ ਨੂੰ ਵੀ ਹਟਾਇਆ ਸੀ ਪਰ ਇਹ ਗੱਲਾਂ ਠੀਕ ਨਹੀਂ ਐ ਸਿੱਖ ਧਰਮ ਦੇ ਵਿੱਚ ਦਖਨ ਦਾ ਜੀ ਜਿਹੜਾ ਉਹਨਾਂ ਨੇ ਆਕਾਦੀਦਰ ਨੂੰ ਚਿਤ ਕਰਨ ਦੀ ਗੱਲ ਕੋਸ਼ਿਸ਼ ਕੀਤੀ ਹੈ ਨਾ ਜਿੱਦਾਂ ਦੇ ਤਰੀਕੇ ਨਾਲ ਪੰਜਾਬ ਦੇ ਵਿੱਚ ਇੱਕ ਖੇਤਰੀ ਪਾਰਟੀ ਦੀ ਲੋੜ ਹੈ ਅੱਜੇ ਬਾਕੀ ਜਿੰਨੇ ਦਲ ਨੇ ਆਪਦੀ ਜਗ੍ਹਾ ਬਣਾ ਨਹੀਂ ਸਕੇ ਉਹ ਡਿਗੇ ਬਣਾ ਜਾਂਦੇ ਤਾਂ ਵਧੀਆ ਸੀ ਕਿ ਅਜੇ ਤੱਕ ਜੇ ਕਿਤੇ ਕੋਈ ਮਾੜੀ-ਮੁੱਟੀ ਉਮੀਦ ਹੈ ਅੱਧਾ ਪਰਸੈਂਟ ਕਰੋ ਉਹ ਕਾਦੀਦਰ ਤੋਂ ਹਾਂ ਹਾਲਾਂਕਿ ਉਹ ਤਾਂ ਰੋਜ਼ ਹੀ ਕਹੀ ਜਾਂਦੇ ਉਸ ਬੀਜਪੀ ਨਾਲ ਸਮਝਾਤਾ ਕਰ ਲੋ ਤਿਆਰ ਹਰੇਕ ਹੀ ਬੰਦਾ ਉਹਨਾਂ ਦਾ ਵੀ ਉਹ ਤਾਂ ਇੱਕ ਕਿਸਮ ਦਾ ਸਾੜੇ ਕੱਢਦੇ ਫਿਰਦੇ ਨੇ ਜਦ ਕਿ ਉਹਨਾਂ ਨੂੰ ਆਪਦੀ ਇੱਕ ਆਜ਼ਾਦ ਹਾਂਸੀ ਹੋਣੀ ਚਾਹੀਦੀ ਹੈ ਸੋ ਇਸ ਪੱਖੋਂ ਤਾਂ ਇੱਕ ਚੰਗ ਗੱਲ ਵੀ ਹੈ ਵੀ ਆਪ ਪਾਰਟੀ ਨੇ ਉਹਨਾਂ ਨੂੰ ਇੱਕ ਚੁਣੌਤੀ ਦੇਤੀ ਵੀ ਆਜੋ ਫਿਰ ਸੋ ਇਸ ਕਰਕੇ ਪਰ ਉਹ ਚੁਣੌਤੀ ਸਾਨੂੰ ਠੀਕ ਲੱਗਦੀ ਹੋ ਸਕਦੀ ਹੈ ਇਹਨਾਂ ਭਾਵ ਜੂਸ ਸਟੇਟ ਦੀ ਦਖਨ ਦਾਜੀ ਧਰਮ ਦੇ ਵੀ ਸਿੱਖ ਧਰਮ ਚ ਇੱਕ ਅਦਕ ਜੁਮਈ ਤੁਸੀਂ ਬਚਪਨ ਤੋਂ ਗੁਰਬਾਣੀ ਨਾਲ ਜੁੜੇ ਹੋ ਹੋਂ ਪੰਜਵੀਂ ਤੋਂ ਲੈ ਕੇ ਅੱਗੇ ਦਸਵੀਂ ਤੱਕ ਪੂਰਾ ਸੈਂਚੇ ਵਗੈਰਾ ਪੂਰਾ ਪੜਿਆ ਨੇ ਗੁਰਬਾਣੀ ਪੜੀਆ ਤੁਹਾਡੇ ਉਜਾਦ ਵੀ ਹੈ ਕਿਸ ਤਰ੍ਹਾਂ ਮਤਲਬ ਸਾਡੇ ਜਿਹੜੀ ਨੌਜਵਾਨ ਪੀੜੀ ਹੈ ਕਿਸੇ ਵੀ ਧਰਮ ਦੀ ਹੋਵੇ ਉਹ ਤਾਂ ਕਿ ਚੰਗਾ ਸਮਾਜ ਸਿਰਜਣ ਵਾਸਤੇ ਚੰਗੇ ਮਨੁੱਖ ਦੀ ਸਿਰਜਣਾ ਵਾਸਤੇ ਗੁਰਬਾਣੀ ਦੀ ਆਪਾਂ ਕਹਿੰਦੇ ਬਿਲਕੁਲ ਅਹਿਮੀਅਤ ਹੈਗੀ ਆ ਕਿਸ ਤਰ੍ਹਾਂ ਫਿਰ ਉਹ ਜਿਹੜੀ ਹੈਗੀ ਆ ਗੁਰਬਾਣੀ ਦਾ ਪ੍ਰਵਾਹ ਕਿਸ ਤਰ੍ਹਾਂ ਹੋਵੇ ਕਿ ਸਾਡੀ ਨਵੀਂ ਪੀੜ੍ਹੀ ਚੰਗੇ ਰਸਤੇ ਜਾਵੇ ਬਿਲਕੁਲ ਠੀਕ ਹੈ ਗੁਰਬਾਣੀ ਦੇ ਵਿੱਚ ਹੀ ਤਿੰਨ ਗੱਲਾਂ ਲਿਖੀਆਂ ਨੇ ਅਸੀਂ ਉਹਨਾਂ ਤਿੰਨਾਂ ਤੇ ਚੱਲ ਪਈਏ ਤੇ ਨਵੀਂ ਪੀੜ੍ਹੀ ਆਪਣੇ ਆਪ ਉਹ ਨਵੀਂ ਪੀੜ੍ਹੀ ਕਿਵੇਂ ਆਊਗੀ ਮਾਫ ਕਰਨਾ ਤੁਸੀਂ ਮੇਰੇ ਕੋਲ ਇੰਟਰਵਿਊ ਕਰਨ ਆਏ ਹੋ ਮੈਂ ਤੁਹਾਨੂੰ ਇੰਟਰਵਿਊ ਦੇ ਰਿਹਾ ਆਪਣੇ ਦੋਹਾਂ ਚ ਇੱਕ ਸਮਝ ਆਪਣੇ ਦਿਮਾਗ ਚ ਕਹੀ ਨਹੀਂ ਆਪਾਂ ਕਿ ਦੂਜੇ ਨੂੰ ਤੁਹਾਡੇ ਦਿਮਾਗ ਚ ਹੈ ਵੀ ਪਿਆਰ ਨਾਲ ਕਰਕੇ ਯਾਰ ਕੋਈ ਚੰਗੀ ਗੱਲ ਸ਼ਾਇਦ ਕਰ ਦੇਗਾ ਮੇਰੇ ਦਿਮਾਗ ਚ ਹੈ ਵੀ ਕੋਕਰ ਸਾਹਿਬ ਜਿਹੜੀ ਗੱਲ ਕਰਦੇ ਨੇ ਯਾਰ ਚੰਗਾ ਕੋਈ ਸੇਵਾ ਕਰ ਰਹੇ ਨੇ ਤੇ ਇਹ ਇਹਨਾਂ ਨਾਲ ਆਪਾਂ ਟਾਈਮ ਦੇਉ ਇਹਨਾਂ ਨੂੰ ਬਿਲਕੁਲ ਠੀਕ ਹੈ ਜੇ ਫਿਰ ਜੇ ਕੋਮੈਂਡਰ ਲੱਗੇ ਵੀ ਇਹ ਕੋਕਰ ਸਾਹਿਬ ਨੇ ਤਾਂ ਕਰਨਾ ਤਾਂ ਕੁਝ ਹੈ ਨਹੀਂ ਹੈ ਤੇ ਫਿਰ ਮੈਂ ਕਿਉਂ ਟਾਈਮ ਲਾऊं ਤੁਹਾਨੂੰ ਲੱਗੇ ਵੀ ਪਿਆਰ ਨਾਲ ਕਰ ਕੋਈ ਕਾਇਨ ਨੂੰ ਤਾਂ ਕੁਝ ਹੈ ਨਹੀਂ ਅਮੇ ਦੋ ਦੋ ਜਮਾਰੀ ਜਾਣੀਆਂ ਨੇ ਤੇ ਫਿਰ ਤੁਸੀਂ ਕਿਉਂ ਆਓਗੇ ਮੇਰੇ ਕੋਲੇ ਸੋ ਜਾਣੀ ਕਿ ਗੁਰਬਾਣੀ ਚੋਂ ਸਾਡੀ ਪੀੜੀ ਨੂੰ ਖਿੱਚ ਪਵੇ ਤਾਂ ਹੋ ਗਈ ਤੋਂ ਖਿੱਚ ਕੇ ਮੇ ਪਊਗੀ ਖਿੱਚ ਪਊਗੀ ਜਦ ਤੁਸੀਂ ਇਤਿਹਾਸ ਸੁਣਾਉਣਾ ਵੀ ਸਾਡਾ ਇਤਿਹਾਸ ਆਇਆ ਆਹ ਦੇਖੋ ਜਦ ਤੁਸੀਂ ਦਿਖਾਉਣਾ ਵੀ ਭਾਈ ਤਾਲ ਸਿੰਘ ਨੇ ਕਿਵੇਂ ਖੋਪੜੀ ਲਾ ਲਈ ਆਹ ਚੜਖੜੀਆਂ ਤੇ ਕਿਵੇਂ ਚੱਲ ਗਏ ਆ ਸੁਖ ਸਿੰਘ ਮਹਤਾਬ ਸਿੰਘ ਦੀ ਕਹਾਣੀ ਸੁਣਾਉਣੀ ਆ ਜਿ세 ਭਾਈ ਜੱਲੇ ਦੀ ਕਹਾਣੀ ਸੁਣਾਉਣੀ ਆ ਜਿ세 ਬਾਬਾ ਜੀਵਨ ਸਿੰਘ ਦੀ ਕਹਾਣੀ ਸੁਣਾਉਣੀ ਆ ਜਿ세 ਚਮਕੌਰ ਦੀ ਘੜੀ ਦਾ ਇਤਿਹਾਸ ਸੁਣਾਉਣੀ ਆ ਜੋ ਜਿਸੀ ਖਦਰਾਣੀ ਢਾਬ ਦਾ ਜੱਸ ਸੁਣਾਉਣਾ। ਜੇ ਅਸੀਂ ਜੱਟ ਦਾ ਮੋਰਚਾ ਸੁਣਾਉਣਾ। ਜੇ ਅਸੀਂ ਨੰਗਾਨਾ ਸਾਹਿਬ ਦਾ ਮੋਰਚਾ ਸੁਣਾਉਣਾ। ਜੇ ਅਸੀਂ ਪੰਜਾ ਸਾਹਿਬ ਦਾ ਮੋਰਚਾ ਗੱਡੀ ਜਿਸਰੇ 23 ਸਾਲ ਤੇ 33 ਸਾਲ ਦਾ ਨੌਜਵਾਨ। ਸੀਦੀ ਪ੍ਰਾਪਤ ਕਰ ਜਾਂਦੇ ਨੇ ਪਰ ਗੱਡੀ ਰੋਕ ਲੈਂਦੇ ਨੇ। ਉਹ ਸੁਣਾਉਣਾ। ਉਹ ਬੰਦੇ ਨਾਲੋਂ ਸੱਚਾ। ਫਿਰ ਦੂਜੇ ਪਾਸੇ ਸੁਣਾਉਣਾ। ਮੀਰ ਮੰਨੂ ਨਾਲ ਟੱਕਰ ਲਈ। ਆਮਦਿਸ਼ਬਦਾਲੀ 220 ਔਰਤਾਂ ਲੈ ਕੇ ਜਾ ਰਿਹਾ ਸੀ। ਗਵਿੰਦਪਾਲ ਦੇ ਗਵਿੰਦਪਾਲ ਦੇ ਪੱਤਨ ਤੱਕ ਇਰਦਾ। ਛੇ ਛੜਾਲੀਆਂ ਸਾਰੀਆਂ ਆਪਦੇ ਆਪ ਦੇ ਘਰ ਨਹੀਂ ਛੱਡ ਕੇ। ਉੱਤੋਂ ਸੰਦਗ ਹਰੀ ਸਿੰਘ ਨੜਵਾ ਕਿਵੇਂ ਚ ਪਿਆ ਬਮਾਰ ਉਸੇ ਬੀਬੀ ਸੰਦੇਸ਼ ਲੈ ਕੇ ਜਾਂਦੀ ਕਿਵੇਂ ਸੰਦੇਸ਼ ਲੈ ਕੇ ਜਾਂਦੀ ਜਾ ਕੋਟਰਾ ਨਹਿਂਕਦੀ ਕਹਾਣੀ ਸੁਣਦੇ ਆ ਇੱਕ ਮੁਸਲਮਾਨ ਔਰਤ ਭਾਈ ਬਚਿੱਤ ਸਿੰਘ ਦੇ ਉਹ ਕਮਰੇ ਚੋਂ ਕਹਿੰਦਾ ਜੀ ਮੇਰੀ ਤਾਂ ਬੇਟੀ ਦਾ ਵਿਆਹ ਹੋਇਆ ਹੋਇਆ ਨਕਾਹ ਹੋਇਆ ਹੋਇਆ ਉਹ ਐ ਤੋ ਮੁੜ ਕੇ ساری ਉਮਰ ਵਿਆਹ ਨਹੀਂ ਕਰਉਂਦੀ ਵੀ ਠੀਕ ਹੈ ਹੁਣ ਤਸੀਂ ਨਕਾਹ ਕਹਤਾ ਕਹਤਾ ਬਸ ਇਹ ਜਿਹੜੀਆਂ ਗੱਲਾਂ ਨਹੀਂ 6 ਤੇ 9 ਸਾਲ ਦੇ ਇਹ ਤੋਂ ਬਾਅਦ ਵੀਰ ਜੀ ਹੋ ਕੇ ਖੁਸ਼ ਹੋਗੇ ਜਿਨ੍ਹਾਂ ਨੂੰ ਮੂਰੀ ਦੇ ਵਿੱਚੋਂ ਨਹੀਂ ਨਗਾਂ ਦਾ ਸਕੀਨ ਸੀ ਵੀ ਸਿਰ ਚ ਕੂਗਾ ਉਹਨਾਂ ਨੇ ਪੈਰ ਪੈਣਾ ਪਾਇ। ਸੋ ਜਦ ਅਸੀਂ ਇਹ ਇਤਿਹਾਸ ਸੁਣਾਉਂ ਲਿਆ। ਜਦ ਅਸੀਂ ਗੁਰਬਾਣੀ ਦੇ ਵਿੱਚੋਂ ਦੱਸਿਆ ਹੋਏ 71 ਮਿਲੋ ਮੇਰੇ ਭਾਈ ਦੁਦਾ ਦੂਰ ਕਰੋ ਲਿਉਦਾ ਏ। ਜਦ ਅਸੀਂ ਕਹਿੰਨੇ ਆ ਜਦ ਤੱਕ ਦੁਨੀਆ ਰਹੀਏ ਨਾਨਕ ਕਿਛ ਸੁਣੀਏ ਕਿਛ ਕਹੀਏ। ਜਦ ਅਸੀਂ ਕਹਿੰਨੇ ਆ ਸਾਂਝ ਕੀ ਜੇ ਗੁਨਾ ਕੀ ਰੀ। ਛਾਡ ਅਫਗਨ ਚੱਗੀ। ਉਹਦਾ ਵਿਆਖਿਆ ਕਰਦੇ ਆ ਵੀ ਅਫਗਨ ਕਹੜੇ ਨੇ? ਅਫਗਨ ਆਇਆ ਨਹੀਂ ਆ ਵੀ ਕਿਸੇ ਨੂੰ ਆ ਕਰਤਾ ਕਾ ਅਫਗਨ ਦਾ ਮਤਲਬ ਹੈ ਜਦ ਅਸੀਂ ਇਕੱਠੇ ਹੋਣ। ਇਹ ਜਿਹੜੇ ਸਾਰੇ ਧੜੇ ਨੇ ਨੂੰ ਇਕੱਠੇ ਕਹਿੰਦੇ ਜਿਆਦਾ ਸੀ ਇਕੱਠੇ ਹੋਣਿਆ ਇੱਕ ਮੰਚ 'ਤੇ ਅਸੀਂ ਇੱਕ ਰਾਏ ਬਣਾ ਲਵੇ ਇੰਨਾ ਗੱਲਾਂ ਤੇ ਸਹਿਮਤ ਆ ਉਹ ਜਿਹੜੀਆਂ ਉਦੋਂ ਵੱਧ ਦੀਆਂ ਗੱਲਾਂ ਵੱਖਰੀਆਂ ਵੱਖਰੀਆਂ ਆਪਣੀਆਂ ਨੇ ਉਹ ਉੱਥੇ ਉਸ ਵਾਸਤੇ ਆਵਗਣ ਹੈ ਉਹ ਆਪਣੇ ਵਾਸਤੇ ਆਵਗਣ ਨਹੀਂ ਹੈ ਉਹ ਉਸ ਵਾਸਤੇ ਆਵਗਣ ਨੇ ਉਸ ਮੰਚ ਵਾਸਤੇ ਸੋ ਇਹ ਗੁਰੂ ਸਾਹਿਬ ਨੇ ਬਹੁਤ ਕੁਛ ਇਸ ਤਰ੍ਹਾਂ ਜੇ ਸਿਕਦਾਰੀ ਤੇ ਸੇਖਵਾਲੀ ਚੱਕਰ ਕੇ ਇਹ ਡਰਨਾ ਜੇ ਸਿਕਦਾਰ ਪਵੇ ਜੰਜੀਰੀ ਤਾਂ ਚੱਕਰ ਉਸ ਤੋਂ ਮਤਲਬ ਵੀ ਰਾਜੇ ਨਾਲ ਕਿਵੇਂ ਲੜਨਾ ਹੈ ਇਸੇ ਮਲਖਪਾ ਗੋਤਪਾਈ ਨਾਗੋ ਦੀ ਸਾਖੀ ਜਦ ਬੰਦਾ ਸੁੰਦਰ ਕਿਦੇ ਨਾ ਖੜਨਾ ਨੀਚੋਂ ਅੰਦਰ ਨੀਚ ਜਾਂਦੀ ਨੀਕੀ ਹੋਤ ਨੀਚ ਨਾਨ ਕਿਸਨ ਕੇ ਸੰਸਾਤ ਵੱਡਿਆ ਸੋ ਕੀ ਰੀਸ ਜਦ ਤੁਸੀਂ ਦੱਸਿਆ ਵੀ ਬ੍ਰਹਮੰਡ ਕਿਵੇਂ ਬਣਿਆ ਰੜਾ ਤਨ ਨਾ ਸਾਇੰਸ ਆਲੇ ਅਜੇ ਸਾਇੰਸ ਆਲਾ ਕੋਈ ਸਾਇੰਸ ਆਲਾ ਕਹਿੰਦਾ ਕਿ ਤਮਾਕਾ ਹੋਇਆ ਸੀ ਉਸ ਤੋਂ ਅਗੇ ਪਾਣੀ ਬਣਿਆ ਗੈਸਾਂ ਸੀ ਗੈਸਾਂ ਤੋਂ ਪਾਣੀ ਬਣਿਆ ਪਾਣੀ ਦੇ ਵਿੱਚ ਹੋਇ ਬਣਿਆ ਤੇ ਬਾਬੇ ਨੇ ਇੱਕ ਕਹਿੰਦਾ ਸੱਚਾ ਚ ਪਾਉਣਾ ਪਿਆ ਆਪ ਆਪਣੇ ਤੇ ਜਲ ਹੋਏ ਜਲ ਮੈਂ ਤਰਪਨ ਸਾਜੂ ਕਟਕਟ ਜੋਤ ਸੋ ਇਹ ਜਦ ਅਸੀਂ ਦੱਸਦੇ ਹਾਂ ਵੀ ਬਹੁਤ ਕੁਛ ਇਹਦੇ ਵਿੱਚ ਉਹ ਹੈ ਜਿਹੜਾ ਇਹ ਬ੍ਰਹਮੰਡ ਵੀ ਕਿਵੇਂ ਬਣਿਆ ਇਹ ਚੱਲ ਕਿਵੇਂ ਰਿਹਾ ਇਹਦੇ ਵਿੱਚ ਕਿਰਤ ਦਾ ਕੀ ਮੁੱਲ ਹੈ ਇਹ ਚ ਇਨਸਾਨ ਦਾ ਕੀ ਮੁੱਲ ਹੈ ਇਨਸਾਨ ਇੱਕ ਦੂਜੇ ਦੇ ਬਰਾਬਰ ਕਿਵੇਂ ਨੇ ਤੇ ਜੇ ਇਹ ਤਾਂ ਹੁਣ ਕਹਿੰਦੇ ਵੀ ਸਿਰ ਕਟਾਉਣ ਦੀ ਗੱਦਾ ਜਿਆਦਾ ਸੀ ਦੱਸ ਦਿਆਂ ਵੀ ਸਿਰ ਤਰਤਲੀ ਗਲੀ ਮੁਰਿਆ ਉਹ ਵੀ ਸਿਰ ਤਰਤਲੀ ਦਾ ਮਤਲਬ ਕੀ ਹੈ ਹੰਕਾਰ ਛੱਡਣਾ ਇਹ ਵੀ ਤਲੀ ਤੇ ਤਰ ਲੋਭ ਮੋਹ ਹੰਕਾਰ ਸਾਰਾ ਛੱਡਣਾ ਹੈ ਜੋ ਨਰ ਦੁੱਖ ਮੈਂ ਦੁੱਖ ਨਹੀਂ ਮੰਨੇ ਸੁਖ ਸੁਨਹਿਰ ਭੈ ਨਹੀਂ ਜਾ ਕੇ ਕੰਚਨ ਮਾਟੀ ਮੰਨੇ ਨਾ ਨਿੰਦਿਆ ਨਾ ਉਸਤਤਿਆ ਜਾ ਕੇ ਲੋਭ ਮੋਹ ਭਿਮਾਨਾ ਹਰਖ ਸੋਗ ਤੇ ਰਹੇ ਨਿਆਰੋ ਨਾ ਹੀ ਮਾਨਪਾਣਾ ਜਿਸੀ ਗੁਰੂ ਨੋ ਮੇ ਬਸਦਾ ਇਸ ਲੋਕ ਸੁਣਾਨੇ ਆ ਇਹਦੀ ਵਿਆਖਿਆ ਕਰਦਾ ਕੋਈ ਨਹੀਂ ਤੇ ਬੰਦੇ ਦਾ ਅੱਛਾ ਆਏ ਜੀਵਨ ਦਾ ਯਾਰ ਸੋ ਜੀਵਨ ਦਾ ਸੀ ਉਹ ਪੱਖ ਇਤਿਹਾਸ ਦਾ ਉਹ ਪੱਖ ਫਲਸਫੇ ਦਾ ਉਹ ਪੱਖ ਕਿਰਤ ਦਾ ਉਹ ਪੱਖ ਗਿਆਨ ਦਾ ਗਿਆਨ ਵਾਲੇ ਕੀ ਕਿਹਾ ਹੈ ਗਿਆਨ ਵਾਲੇ ਕਿਹਾ ਆਪਕੇ ਚ ਜੀ ਦੋਸਨ ਦੇਉ ਜਾਨਾ ਨਾ ਹੀ ਰੱਖੇ ਹੋ ਆਪੇ ਪਰਮਪੁਲਾਣੀ ਅੱਖਰ ਲਿਖੇ ਸੇ ਹੀ ਗਾਮਾ ਬਣਾ ਜਾਣਾ ਬਣੀ ਬਾਬਾ ਕਹਿੰਦਾ ਇਹ ਲਿਖੇ ਇਕੱਲੇ ਅੱਖਰਾਂ ਦੇ ਉੱਤੇ ਨਹੀਂ ਚੱਲਣਾ ਨਵਾਂ ਰਸਤਾ ਖੋਜੋ ਇਹ ਗਿਆਨ ਖੋਜਣ ਦੀ ਗੱਲ ਹੈ ਤੂੰ ਹਰ ਕੋ ਬੰਦਾ ਜਿਹੜਾ ਪੀ ਐਚ ਡੀ ਕਰਦਾ ਉਹ ਸੋਚੇ ਯਾਰ ਅਸਲੀ ਗਿਆਨ ਤਾਂ ਹੈ ਗਿਆਨ ਤਾਂ ਇਹ ਇਸ ਤਰ੍ਹਾਂ ਗਿਆਨ ਨੂੰ ਕਰਨਾ ਕੀ ਹੈ ਜਗ ਗਿਆਨੀ ਵਿਰਲਾਚਾਰੀ ਜਗ ਪੰਡਿਤ ਵਿਰਲਾ ਵਿਚਾਰੀ ਕਹਿੰਦੇ ਗਿਆਨ ਦਾ ਪ੍ਰਦਰਸ ਕਰ ਰਿਹਾ ਥੋੜਾ ਚਾਰਤੋ ਹੋ ਜਾ ਹੈ ਨਹੀਂ ਜਾਂ ਤੁਸੀਂ ਅਚਾਰ ਆਪਦਾ ਕਰਮ ਕਾਂਡ ਕਰੀ ਜੰਨੇ ਹੋ ਤੁਨ ਗਿਆਨ ਨਹੀਂ ਹੈ ਦੋਨੀ ਚੀਜ਼ ਇਕੱਠੀਆਂ ਚਾਹੀਦੀਆਂ ਨੇ ਅਮਲ ਤੇ ਗਿਆਨ ਕਿ ਢੀ ਵੱਡੀ ਗੱਲ ਹੈ ਇਹ ਇਹ ਪੂਰੀ ਵਿਗਿਆਨ ਹੈ ਅਮਲ ਤੇ ਗਿਆਨ ਫਿਰ ਇੱਥੇ ਕਹਿੰਦੇ ਪਰਮਨ ਚੱਲਦਾ ਕਿਹਨਾਂ ਕਹਿੰਦਾ ਸੰਜੋਗ ਜੋਦ ਹਾਰ ਚਲਾਵੇ ਕੁਝ ਟੁੱਟਦਾ ਕੁਝ ਬੰਨਦਾ ਕੁਝ ਟੁੱਟਦਾ ਕੁਝ ਬੰਨਦਾ ਸੰਜੋਗੀ ਮਿਲ ਵਿਛੜਿਆ ਵਿਜੋਗੀ ਮੇਲ ਵਿਜੋਗੀ ਮਿਲ ਵਿਛੜਿਆ ਸੰਜੋਗੀ ਮੇਲ ਵਿਜੋਗ ਨਾਲ ਜਿਹੜਾ ਮਿਲਿਆ ਹੋਇਆ ਵਿਛੜ ਜਾਂਦਾ ਤੇ ਸੰਜੋਗ ਨਾਲ ਜਾਂਦਾ ਜਾਂ ਜਾਨੀ ਕਿ ਜੁੜ ਜਾਂਦਾ ਸੋ ਇਸ ਕਰਕੇ ਬਹੁਤ ਕੁਛ ਇਹ ਦੇ ਵਿੱਚ ਹੈ ਇਹ ਸਾਰੇ ਕਾਸੇ ਨੂੰ ਯੁਗ ਅਯੁਗੰਤਰਾਂ ਦੇ ਵਿੱਚ ਆ ਕੋਈ ਕਹਦਾ ਕਹੇ ਕਿ ਸਾਰੰਦ ਨੇ ਆ ਪਾਣੀ ਦੀ ਇੰਪੋਰਟੈਂਸ ਅਸੀਂ ਕਹਿੰਦੇ ਵੀ ਪਰਿਆਵਰਣ ਦੀ ਗੱਲ ਹੈ ਪਾਣੀ ਚ ਇੰਨਾ ਮਿਲਦਾ ਜਲ ਬਿਨਸਾਖ ਕੁਮਲਾਤੀ ਉਪਜਾ ਨਹੀਂ ਦਾਮ ਹੈ ਦੁੱਧਵੰਤੇ ਈਨ ਪੰਖ ਬਿਨ ਪੰਖੀ ਜਲ ਬਿਨ ਹਉਤ ਭਜ ਕਾਮ ਨਹੀਂ ਸੋ ਇਹ ਜਿਹੜਾ ਸਾਨੂੰ ਪਰਿਆਵਰਣ ਦੀ ਗੱਲ ਕਿਰਤ ਦੀ ਗੱਲ ਰਾਜ ਕਿਵੇਂ ਚੰਗਾ ਹੋਵੇ ਇਹ ਸਾਰੇ ਕਾਸੇ ਦੇ ਵਾਸਤੇ ਜ਼ੁਲਮ ਕਿਵੇਂ ਨਹੀਂ ਕਰਨਾ ਜ਼ੁਲਮ ਦੇ ਖਿਲਾਫ ਕਿਵੇਂ ਡਟ ਕੇ ਜਿਹੜਾ ਤੁਰਕੇ ਕਪੜੇ ਜਾਮਾ ਰੁੱਟ ਕੇ ਵੀ ਨਹੀਂ ਕਰਨੀ ਹੈ ਤੇ ਉਹ ਸਾਰਾ ਕੁਝ ਸਾਨੂੰ ਜਦ ਅਸੀਂ ਨੌਜਾਨਾਂ ਨੂੰ ਦੱਸਦੇ ਹਾਂ ਇਤਿਹਾਸ ਦੇ ਰਾਹੀਂ ਸਾਖੀਆਂ ਦੇ ਰਾਹੀਂ ਜਿੱਥੇ ਬਾਹਰ 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 ਗਾ ਕੇ ਸਾਡੇ ਸਲੇਫਤਾਂ ਦੇ ਵਿੱਚ ਤਾਂ ਬਾਬੇ ਨਾਨਕ ਦਾ ਲੇਖ ਦੇ ਕੇ ਗੱਲ ਜੀ ਖਤਮ ਕੀਤੀ ਜਾਂਦੀ ਹੈ ਉਸ ਲੈਵਲ ਤੇ ਪੜਾਇਆ ਨਹੀਂ ਜਾਂਦਾ ਐ ਜੀਪੀਸੀ ਆਪਣਾ ਚੈਨਲ ਨਹੀਂ ਚਲਾ ਰਹੀ ਕਿਤਨਾ ਕਦੇ ਕੋਟ ਹੈਗੇ ਆ ਸਿਸਟਮ ਚ ਮੈਂ ਦੱਸਦਾ ਕਿਉਂ ਸੱਚੀ ਮੁੱੱਚੀ ਜਿੰਨੀ ਜਮਾ ਆ ਪੜਿਆ ਤਾਂ ਪੜੇ ਹੀ ਸਾਨੂੰ 9ਵੀਂ 10ਵੀਂ ਚ ਜਿੰਨੀ ਗੁਰਬਾਣੀ ਦਾ ਸਾਡੀ ਕਿਤਾਬ ਸਹਿਤਵਾਲੀ ਨਾਮ ਦੀ ਕਿਤਾਬ ਹੁੰਦੀ ਸੀ 10ਵੀਂ ਦੀ ਪੰਜਾਬੀ ਦੀ 9ਵੀਂ 10ਵੀਂ ਚ ਕੋਈ ਕਿਤਾਬ ਹੁੰਦੀ ਉਹਦਾ ਨਾਂ ਸੀ ਸਹਿਤਵਾਲੀ ਉਹਦੇ ਵਿੱਚ फरीद ਦੇ ਸ਼ਲੋ ਕਬੀਰ ਦੇ ਸ਼ੋ ਗੁਰੂ ਨਾਨਕ ਦੇਵ ਜੀ ਦੀ ਬਾਣੀ ਗੁਰੂ ਜੀ ਦੇ ਬਾਦ ਇੰਨੀ ਜ਼ਿਆਦਾ ਉਹਦੇ ਚ ਗੁਰਬਾਣੀ ਚ ਇੰਨਾ ਜ਼ਿਆਦਾ ਫਲਸਫਾ ਪ੍ਰਿੰਸੀਪਲ ਤੇਜ ਸਿੰਘ ਦਾ ਕਲੈਕਸੀ ਛੇ ਦਰਸ਼ਨ ਓਕੇ 6.6 ਫਲਸਫੀਜ਼ ਆਫ ਇੰਡੀਆ 9ਵੀਂ 10ਵੀਂ ਛੇ ਫਲਸਫੀਆ ਪੜਾਈ ਜਾਂਦੇ ਨੇ 9ਵੀਂ 10ਵੀਂ ਦੇ ਵਿੱਚ ਮਨਸੂਰ ਦੀ ਕਥਾ ਸੁਕਰਾਟ ਦੀ ਕਥਾ ਪਰ ਐਕਟ 9ਵੀਂ 10ਵੀਂ ਚ ਉਹ ਪੜਾਇਆ ਨਹੀਂ ਉਹ ਨਹੀਂ ਪੜਾਇਆ ਜਾਂਦਾ ਸੋ ਅਸੀਂ ਨਾ ਦੁਨੀਆ ਦਾ ਚਾਸ ਪੜਾ ਰਹੇ ਹਾਂ ਦੁਨੀਆ ਦਾ ਦਰਸ਼ਨ ਪੜਾ ਰਿਹਾ ਨਾ ਅਸੀਂ ਆਪ ਦਾ ਪੜਾ ਰਿਹਾ ਸਿੱਖੀ ਦਾ ਦਰਸ਼ਨ ਇੰਨਾ ਵਧੀਆ ਸੀ ਬੰਦਾ ਖਿੱਚਿਆ ਜਾਂਦਾ ਯਾਰ ਕਮਾਲ ਹੈ ਤਾਂ ਤਾਂ ਮੈਂ ਕਹਨਾ ਸਾਨੂੰ ਇਹ ਜਿਹੜਾ ਪਾਸਾ ਹੈ ਗੁਰਬਾਣੀ ਦਾ ਸਿੱਖੀ ਦਾ ਇਹਨਾਂ ਦਾ ਇਹਨਾਂ ਦਾ ਖਰ ਇਤਿਹਾਸਿਕ ਕਿਤਾਬਾਂ ਜੋ ਕਰ ਕਾਫੀ ਕਰੀ ਆਪਾਂ ਨੂੰ ਪਤਾ ਹੀ ਹੈ ਇੱਥੇ ਰੋੜੇ ਦਾਖ ਬਜੌਰੀਆਂ ਕਿਕਰ ਵੀਜੇ ਜੱਟ ਹੰਡੇ ਉਹਨਾਂ ਕਿਤਾਏ ਦਾ ਪਹਿਲਾ ਰੋੜੇ ਪਟਾ ਜੇ ਕਹਿੰਦੇ ਆ ਵੀ ਨੌਜਾਨ ਬੇਮਖ ਹੋਏ ਰਹੇ ਨੇ ਇਹਨਾਂ ਨੇ ਆਪ ਹੀ ਤਾਂ ਬੇਮਖ ਰਹੇ ਨੇ ਤੁਮੀ ਸਭ ਹੁਣ ਐਡੇ ਵੱਡੇ ਵਕੀਲ ਨੇ ਸੋਚ ਲਾਂ ਵੀ ਇੰਨਾ ਭਾਈ ਇਹ ਚ ਹਜ਼ਿੰਗਤਾ ਬੰਦੇ ਕਹਿ ਲੈਣ ਨਹੀਂ ਕਿਉਂਕਿ ਗਲਤ ਪੜਾ ਰਹੇ ਇਤਿਹਾਸ ਹਾਂ ਹੁਣ ਵੀ ਪੜਾ ਹੁਣ ਵੀ ਪੜਾ ਰਹੇ ਨੇ ਉਹ ਉਹਦੇ ਸਮਰਥਕ ਨੇ ਦੁਕਾਨ ਤੇ ਇਸ ਕਰਦਾ ਹੈ ਉਹਦੇ ਸਮਰਥਕ ਨੇ ਗੱਲ ਚਾਹਸੀ ਸੋ ਇਸ ਕਰਕੇ ਮੈਨੂੰ ਐਂ ਲੱਗਦਾ ਹੈ ਵੀ ਅੱਜ ਸਿੱਖ ਧਰਮ ਨੇ ਸਿੱਖ ਫਲਸਫੇ ਨੇ ਸਿੱਖ ਸਿਆਸਤ ਨੇ ਸਿੱਖ ਅਰਥਚਾਰੇ ਨੇ ਸਿੱਖ ਸਭਿਆਚਾਰ ਨੇ ਜੇ ਸੰਕਟ ਚੋਂ ਨਿਕਲਣਾ ਹੈ ਸੰਕਟ ਜਾ ਇਜ ਕੋਈ ਸ਼ੱਕ ਨਹੀਂ ਜੇ ਸੰਕਟ ਚੋਂ ਨਿਕਲਣਾ ਹੈ ਤਾਂ ਕੋ ਸਭ ਤੋਂ ਵੱਡੀ ਤਾਕਤ ਗੁਰਬਾਣੀ ਸੋ ਬਾਬਾ ਆਣੀਆਂ ਕਹਾਣੀਆਂ ਪੁੱਤ ਸਪਿਦ ਕਰਨ ਗੁਰਬਾਣੀ ਦਾ ਦੇ ਵਿੱਚ ਸਿੱਖ ਇਤਿਹਾਸ ਬਿਬਾਨੀ ਕਹਾਣੀਆਂ ਸਿੱਖ ਇਤਿਹਾਸ ਹੈ ਤੇ ਗੁਰਬਾਣੀ ਕੀ ਹੈ ਬਾਣੀ ਗੁਰੂ ਗੁਰੂ ਹੈ ਬਾਣੀ ਵਿੱਚ ਬਾਣੀ ਅਮਰਤ ਸਾਰੇ ਗੁਰਬਾਣੀ ਕਹੇ ਸੇਵਕ ਜਨਮਾਨੇ ਪ੍ਰਤੱਖ ਗੁਰੂ ਅਮਰਤ ਨੇ ਜਦੋਂ ਅਮਰਤ ਨੇ ਜਦੋਂ ਬਾਦ ਨਹੀਂ ਮੰਨਣਾ ਅਮਰਤ انسان ਬਰਾਬਰ ਨੇ ਆਵਲਣੋਈ ਕਿ 100 ਰੁਪਏ ਹੈ ਜੀ ਰਤਲ ਦੇ ਕੱਪੜੇ ਕਿਰਤ ਕਰਨੀ ਹੈ ਕਾਲ ਖਾ ਕੇ ਛਤੋਂ ਦੇ ਇਸ ਗੱਲ ਨਾਲ ਕੋਈ ਹੋਰ ਗੱਲ ਜੁੜੀ ਹੈ ਆਪਾਂ ਸੰਵਾਦ ਦੀ ਗੱਲ ਕਰਦੇ ਆ ਸੰਵਾਦ ਹੋਣਾ ਚਾਹੀਦਾ ਖੁੱਲਾ ਜੀ ਪਰ ਪੰਜਾਬ ਦੇ ਵਿੱਚ মিডিਆ ਤੇ ਇੱਕ ਤਰ੍ਹਾਂ ਦੀ ਪਾਬੰਦੀ ਹੈ ਸੰਵਾਦ ਰੋਕਿਆ ਜਾ ਰਿਹਾ ਸੱਤਾਧਾਰੀਆਂ ਵੱਲੋਂ ਉਹਦੇ ਬਾਰੇ ਤੁਹਾਡਾ ਕੀ ਕਹਿਣਾ ਕੀ ਵਿਚਾਰਤਾਰ ਹੈ ਦੇਖੋ ਇਹ ਜਿਹੜੇ ਸੱਤਾਧਾਰੀ ਨੇ ਨਾ ਇਹ ਦਾ ਤਾਂ ਹਾਰ ਹੀ ਮਾੜਾ ਜਿੱਥੋਂ ਤੱਕ ਆਜ਼ਾਦੀ ਦਾ ਸਵਾਲ ਹੈ ਬੋਲਣ ਦੀ ਆਜ਼ਾਦੀ ਸਿੱਖ ਧਰਮ ਨੇ ਤਾਂ ਕਿਹਾ ਹੀ ਕਿਆ ਸੰਵਾਦ ਦੀ ਗੱਲ ਈਵਨ ਆ ਸੰਵਿਧਾਨ ਪਏ ਮੇਰੇ ਸਾਹਮਣੇ ਇਸ ਸੰਵਿਧਾਨ ਦੇ ਵਿੱਚ ਆਰਟੀਕਲ 19 ਇਹੀ ਹੈ ਨਾ ਵੀ ਤੁਹਾਨੂੰ ਬੋਲਣ ਦੀ ਆਜ਼ਾਦੀ ਆ ਵਿਚਾਰ ਪ੍ਰਗਟ ਕਰਨ ਦੀ ਆਜ਼ਾਦੀ ਆ ਔਰ ਮਾਨਯੋਗ ਸੁਪਰੀਮ ਕੋਰਟ ਨੇ ਕਿਹਾ ਹੈ ਔਰ ਉਹਨਾਂ ਜਨ ਜਿਹੜੇ ਦੋ ਕਲੀ ਇਹ ਵੀ ਸਮਝਦੇ ਹੁੰਦੇ ਸੀ ਕੇਂਦਰ ਦੀ ਸਰਕਾਰ ਦੇ ਨਾਲ ਕਾਫੀ ਉਹਨੂੰ ਠੀਕ ਸਮਝਦੇ ਨੇ ਨਹੀਂ ਨਹੀਂ ਉਹਨੂੰ ਠੀਕ ਸਮਝਦੇ ਨੇ ਨਾ ਆਈ ਡੋਟ ਸੇ ਕੈ ਉਹ ਉਹਨੂੰ ਠੀਕ ਸਮਝਦੇ ਨੇ ਕਿਉਂਕਿ ਵਿਚਾਰਤਾ ਖਰੀਕਤਾ ਹੁੰਦਾ ਹੀ ਹੈ ਨਾ ਸੋ ਇਹਦੇ ਬਾਵਜੂਦ ਉਹਨੇ ਕਿਹਾ ਵੀ ਜੇ ਕਿਸੇ ਜਮਹੂਰੀਤ ਨੇ ਜੀਵਤ ਰਹਿਣਾ ਜੀਵੰਤ ਡੈਮੋਕ੍ਰੇਸੀ ਨੱਚਦੀ ਟੱਪਦੀ ਡੈਮੋਕ੍ਰੇਸੀ ਦੀ ਨਿਸ਼ਾਨੀ ਆਜਾਦ ਵਿਚਾਰ ਨੇ ਹੁਣ ਇਹ ਜਿਹੜੀ ਆਪ ਪਾਰਟੀ ਹੋਰੀ ਉਹਨੂੰ ਬੰਦ ਕਰੀ ਜਾਂਦੀ ਹੈ ਕਿਸੇ ਦੇ ਚੈਨਲ ਨੂੰ ਹਟਾ ਦਿੰਦੀ ਹੈ ਕਿਸੇ ਦੇ ਬੰਦੇ ਨੂੰ ਹਟਾਉਂਦੇ ਆ ਆ ਬੰਦੇ ਨੂੰ ਕੱਢ ਦੋ ਕਿਹਤੋਂ ਮਾਫੀ ਮੰਗਾਉਣ ਤੁਰ ਪੈਂਦੀ ਹੈ ਕਿਸੇ ਨੂੰ ਦਬਕਾ ਮਾਰਦੀ ਹੈ ਇਹ ਕੋਈ ਇੱਕ ਵਕਾਰਮ ਹੈ ਇਹ ਮੈਨੂੰ ਲੱਗਦਾ ਇਹ ਜਿਹੜੇ ਜਿਹੜੇ ਬਾਬੇ ਨੇ ਐਵੇਂ ਨਹੀਂ ਕਿਹਾ ਜੰਮ ਕਰ ਮੁਗਲ ਚੜਾਇਆ ਇਹਨੂੰ ਵਾਰਲਗੇ ਚਾਹੇ ਜਿਨ੍ਹਾਂ ਮੈਨੂੰ ਇਹਨਾਂ ਨੇ ਕਹਿਣਾ ਕਹਿ ਲਾਇਨ ਇਹ ਉਹੀ ਕੰਮ ਕਰ ਰਹੇ ਨੇ ਇਹ ਮੈਂ ਕਹਾਂਗਾ ਇਹ ਮਾੜਾ ਕਰਮ ਹੈ ਜੇ ਤੁਸੀਂ ਪੰਜਾਬ 'ਚ ਰਹਿ ਕੇ ਇਹ ਜਿਹੇ ਮਾੜੇ ਕਰਮ ਕਰੋਗੇ ਜਿੱਥੇ ਬੋਲਣ ਦੀ ਜਾਦੀ ਦਿੱਤੀ ਹੈ ਜਿੱਥੇ ਬੋਲਣ ਵਾਸਤੇ ਸਾਰੀ ਦੁਨੀਆ ਸਾਡਾ ਬਾਬਾ ਘੁੰਮਿਆ ਚ ਉੱਥੇ ਤੁਸੀਂ ਬੋਲਣ ਦੀ ਜਾਦੀ ਰੋਕੋਗੇ ਉੱਥੇ ਤੁਸੀਂ ਮੀਡੀਆ ਦੀ ਜਾਦੀ ਰੋਕੋਗੇ ਫਿਰ ਤਾਂ ਤੁਸੀਂ ਪੰਜਾਬ ਦੇ ਉਲਟ ਕੰਮ ਕਰ ਰਹੇ ਹੋ ਮੈਂ ਕਹਿੰਦਾ ਬਾਕੀ ਸਾਰੇ ਰੋਕਦੇ ਰਹਿਣਾ ਸਾਨੂੰ ਤਾਂ ਸਾਡੇ ਬਾਬਾ ਨੇ ਕਹਿੰਦੇ ਜਿੱਥੇ ਡਬਲ ਕੈਰੈਕਟਰ ਹੋ ਗਿਆ ਗਰਬਾਣੀ ਦਾ ਤਾਂ ਕਹਿੰਦੇ ਪ੍ਰਸਾਰਣ ਹੋਣਾ ਚਾਹੀਦਾ ਬੁੱਲਾ ਦੂਜੇ ਦੇ ਵਿਚਾਰੋ ਬੋਲਣ ਦੇਣਾ ਨਹੀਂ ਸਮਾਪਤ ਅਸੀਂ ਰਚ ਨਹੀਂ ਦੇਣਾ ਅਰੋਚਨਾ ਬਾਰੇ ਕਿਹਾ ਕਬੀਰ ਸਾਹਿਬ ਨੇ ਕਿਹਾ ਭਲੇ ਨਿੰਦੋ ਭਲੇ ਨਿੰਦੋ ਨਿੰਦ ਨੂੰ ਮੂਕ ਲੋਗਰੇ ਨਿੰਦਾ ਜਨ ਕੋ ਖਰੀ ਪਿਆਰੀ ਨਿੰਦ ਖੈ ਸੋ ਹਮਰਾ ਮੀਤ ਨਿੰਦਕ ਮੇ ਹੈ ਹਮਰਾ ਮੀਤ ਮੈਂ ਕਿਉਂ ਕਹਣਾ ਇਹ ਬੇਪੂਫੀ ਵੀ ਕਰਦੇ ਨੇ ਇਹ ਫਸਣਗੇ ਵੀ ਕਿਵੇਂ ਜਿਹੜਾ ਕੁਛ ਇਹ ਕਰ ਰਹੇ ਨੇ ਨਾ ਭਗਵੰਤਵਾਨ ਨੂੰ ਪਤਾ ਕੀ ਹੋ ਰਿਹਾ ਸਰਕਾਰ ਚ ਹੁਣ ਚਾਰ ਗੱਲ ਨਾ ਪਤਾ ਹੋ ਸਕੀ ਕਿ ਸੰਭਵ ਹੀ ਨਹੀਂ ਹੈ ਨਾ ਇਹਨਾਂ ਦੇ ਕਿਸੇ ਮਨਿਸਟਰ ਨੂੰ ਪਤਾ ਹੋ ਸਕਦਾ ਨਾ ਕਿ ਕਿਸੇ ਸੈਕਟਰੀ ਨੂੰ ਸਾਰਾ ਕੁਛ ਪਤਾ ਨਹੀਂ ਹੋ ਸਕਦਾ ਉਹਦੇ ਵਿੱਚ ਬਹੁਤ ਸਾਰੇ ਲੋਗ ਮੀਡੀਆ ਦੱਸਣ ਵਾਲੇ ਹੁੰਦੇ ਨੇ ਕਈ ਉਹਨਾਂ ਚੋ ਚੁਗਲੀ ਵੀ ਕਰਦੇ ਨੇ ਕਈ ਉਹਨਾਂ ਚੋ ਗਲਤ ਵੀ ਕਹਿ ਜਾਂਦੇ ਨੇ ਕੈਸ ਸੋਚਣਾ ਵੀ ਗਲਤ ਹੁੰਦੀ ਹੈ ਪਰ ਜੇ ਅਸੀਂ ਉਹ ਸੂਚੋਂ ਸਾਡੇ ਹਿਥਾਰ ਨੇ ਉਹ ਸਾਡੇ ਅੱਖ ਨੱਕ ਕੰਨ ਨੇ ਗਿਆਨ ਇੰਦਰੀ ਨੇ ਉਹ ਸਾਨੂੰ ਆ ਕੇ ਸਾਰੀਆਂ ਗੱਲਾਂ ਥਾਂ ਥਾਂ ਤੇ ਆਉਂਦੇ ਫਿਰ ਅਸੀਂ ਪੁਣ ਛਾਨ ਕੇ ਘੱਟ ਲੈਣਿਆ ਵੀ ਆ ਗੱਲ ਠੀਕ ਹੈ ਤੇ ਅਸੀਂ ਬਦਲਾ ਕਰੀਏ ਮਾਸਨ ਛੋਟੀ ਜਿਹੀ ਉਦਾਹਰਨ ਦੇ ਕੇ ਇਹ ਗੱਲ ਨੂੰ ਮੈਂ ਲੰਬੀ ਨਹੀਂ ਕਰਾਂਗਾ ਇੱਕ ਮਰੀਜ਼ ਮੇਰੇ ਕੋਲ ਆਉਂਦਾ ਜੀ ਉਹ ਕਹਿੰਦਾ ਜੀ ਤੁਸੀਂ ਆਪਰੇਸ਼ਨ ਤਾਂ ਕਰਿਆ ਸੀ ਮੇਰੇ ਬੱਚੇ ਦੀ ਤਾਂ ਟੱਟੀ ਫੇਰ ਕੱਚੀ ਚ ਨਿਕਲ ਜਾਂਦੀ ਹੈ ਠੀਕ ਹੈ ਮਨੂੰਗਾ ਚੁੱਪ ਕਰ ਜਾਂ ਤੁਸੀਂ ਮੀਡੀਆ ਵਾਲੇ ਕਹਿੰਦੇ ਉਹ ਦੀ ਦਿਖਾ ਦੋ ਟੱਟੀ ਨਿਕਲਦੀ ਵਾ ਦੇਖ ਲੋ ਆ ਪਿਆਰ ਗੱਲ ਕਰਦੇ ਆਪਣੇ ਵੱਡਾ ਸਰਜਨ ਕਹਿੰਦਾ ਆ ਟੱਟੀ ਦਾ ਵਿੱਚ ਨਿਕਲੀ ਜਾਂਦੀ ਮੈਨੂੰ ਇਹ ਕਰਨ ਦੀ ਵਜ੍ਹਾ ਵਿੱਚ ਇਹ ਖੋਖਰ ਨੇ ਦਿਖਾਈਏ ਕੋਈ ਨਹੀਂ ਮੈਂ ਇਹਨੂੰ ਦੱਸਦਾ ਫਿਰ ਕੀ ਹੈ ਹੈ ਮੈਂ ਕਹਿੰਦਾ ਵੀ ਮੇਰੇ profession ਤੇ ਅਟੈਕ ਕਰਿਆ ਪੁਰਾਣਾ ਡਾਕਟਰ ਨੂੰ ਕੱਟੇ ਕਰਦਾ ਜਿਵੇਂ ਦੇਖਾਂ ਵੀ ਹੈ ਨੀ ਬੱਚੀ ਦੀ ਟੱਟੀ ਨਿਕਲਦਾ ਦਿਖਾਈ ਹੈ ਨੇ ਦੇਖੀ ਖੋਖਰ ਸਾਹਿਬ ਨੇ ਜਿ ਦਿਖਾਈਓ ਠੀਕ ਹੈ ਪਰ ਇਹ ਕੋ ਗਲਤ ਹੈ ਮੰਨ ਲਓ ਤੁਸੀਂ ਤੁਹਾਡੇ ਹਿਸਾਬ ਨਾਲ ਉਹ ਉਹ ਗਲਤ ਪ੍ਰੈਸ਼ਨ ਹੈ ਮੇਰੇ ਹਿਸਾਬ ਨਾਲ ਜੇ ਵੀ ਠੀਕ ਹੈ ਮੈਂ ਕਹਦਾ ਮੈਂ ਪਹਿਲਾਂ ਤੁਹਾਨੂੰ ਕਹਾ ਮੈਂ ਕੋਕਰਸਾ ਤੁਸੀਓ ਦਿਖਾਇ ਸੀ ਆਜੋ ਮੈਂ ਤੁਹਾਨੂੰ ਦੱਸਦਾ ਇਹ ਕੀ ਹੈ ਕਿਉਂਕਿ ਤੁਸੀਂ ਕਿਵੇਂ ਨਾ ਕਰ ਸਕਦੇ ਮੈਨੂੰ ਜੇ ਮੇਰੇ ਖਿਲਾਫ ਦਿਖਾਉਣ ਤਾਂ ਮੇਰੀ ਗੱਲ ਵੀ ਸੁਣੋਗੇ ਵੀ ਆਜੋ ਮੈਂ ਤੁਹਾਨੂੰ ਸਮਝਾ ਦਿੰਦਾ আর ਉਹ ਵੀ ਕੋਈ ਤੁਹਾਨੂੰ ਰੋਪ ਦੇਣ ਵਾਸਤੇ ਨਹੀਂ ਤੁਹਾਨੂੰ ਦੱਸਣ ਵਾਸਤੇ ਤੁਸੀਂ ਨਾ ਕਰੋ ਫਿਰ ਵੀ ਮੈਂ ਆਪਦੇ ਤਿੱਕੇ ਨਾ ਕਰੂ ਅੱਧੂ ਅਗੇ ਲੋਕ ਹੀ ਜਾਣ ਫਿਰ ਮੈਂ ਕੀ ਕਰ ਸਕਦਾ ਮਰੀਜ਼ ਮੇਰੇ ਕੋਲ ਆਊਗਾ ਮੈਂ ਨੂੰ ਸਮਝਾ ਦੂੰਗਾ ਨਹੀਂ ਆਉਂਦਾ ਉਹਦੀ ਮਰਜ਼ੀ ਕਿਉਂਕਿ ਮੇਰੇ ਅੱਖ ਨੱਕ ਕੰਨ ਕੌਣ ਨੇ ਮੇਰੇ ਗਿਆਨ ਅੰਦਰ ਕੌਣ ਨੇ মিডিਆ ਮੇਰੇ ਅਲੋਚਕ ਇਸੇ ਕਰਕੇ ਕਵੀਰ ਸਾਹਿਬ ਨੇ ਆਖਿਆ ਵੀ ਜਿਹੜੇ ਆਲੋਚਕ ਨੇ ਉਹਨਾਂ 'ਚ ਧਿਆਨ ਲੱਗਣਾ। ਛੋਟੀ ਜੀ ਇੱਕ ਉਦਾਹਰਣ ਦਿੰਦਾ। ਕੋਈ ਆਲੋਚਕਾਂ ਨੂੰ ਭੁੱਲਦਾ ਨਹੀਂ ਉਦਾਹਰਣ ਵਾਦ ਜੇ ਕੋਈ ਆਲੋਚਕ ਨੂੰ ਭੁੱਲਦਾ ਆਪਾਂ ਕਹਿੰਨੇ ਪੰਜਾਬੀ ਦਾ ਮੁਹਾਵਰਾ ਆਪਣੇ ਪੈਰੀ ਆਪ ਕਹਾੜਾ ਮਾਰਨ ਵਾਲੀ ਗੱਲ। ਆਪ ਕਹਾੜਾ ਮਾਰਦਾ ਕਿੰਨੀ ਇੱਕ ਮਿਸਤਰੀ ਹੁੰਦੇ ਨਾ। ਮਿਸਤਰੀ ਕੀ ਕਰਦੇ ਨੇ? ਉਹਨਾਂ ਨੂੰ ਪਤਾ ਹੁੰਦਾ ਵੀ ਦੁਬਾਰ ਸਿੱਧੀ ਗੱਡੀ ਆਏ ਨਹੀਂ ਵੀ ਉਹਨੂੰ ਕੰਮ ਨਹੀਂ ਆਉਂਦਾ। ਪਹਿਲਾਂ ਤੋ ਸੂਤ ਬੰਨ ਕੇ ਰੱਖਦਾ ਹਰੇਕ ਰੇ ਦੇ ਨਾਲ। ਬਿਲਕੁਲ। ਫਿਰ ਉਹ ਕਾਹਲੀ ਨਾਲ ਨਾ ਚਾਰ-ਪੰਜ ਇੱਟਾਂ ਲਾ ਕੇ ਆਏ ਕਾਹਲੀ ਨਾਲ ਠੋਕ ਫਿਰ ਉੱਤੇ ਡੇਵਲ ਰੱਖ ਕੇ ਦੇਖਦਾ ਫਿਰ ਉਹ ਐ ਉਹ ਸਾਹਲ ਰੱਖ ਕੇ ਦੇਖਦਾ ਹੈ ਹੈ ਫਿਰ ਲਾਟੂ ਜਾਂ ਸਾਹਲ ਉਹਨੂੰ ਕਹਿੰਦੇ ਨੇ ਪਲੰਬ ਬਾਵ ਸਾਹਲ ਰੱਖ ਕੇ ਫਿਰ ਇੱਕ ਗੁਣਿਆ ਹੁੰਦਾ ਉਹ ਐ ਨਾ ਰਾਈਟ ਐਂਗਲ ਤੇ ਹੁੰਦਾ ਉਹ ਰਾਈਟ ਐਂਗਲ ਤੇ ਲਾ ਕੇ ਦੇਖਦਾ ਵੀ ਕਿਤੇ ਕੌਲਾ ਉਹੀ ਨਾ ਸਿੱਧੇ ਕਿ ਜੇ ਇਹ ਸਿੱਧਾ 90 ਦੇ ਐਂਗਲ ਤੇ ਜਾ ਰਿਹਾ ਕਿ ਨਹੀਂ ਅਸੀਂ ਤਾਂ ਜਿਓਮੈਟਰੀ ਵਾਲੇ ਲਾਈਨਾਂ ਖਿੱਚ ਕੇ ਬਣਾਉਂਦੇ ਆ ਨਾ ਉਹਨੇ ਬਣਾਇਆ ਹੁੰਦਾ ਉਹਦੇ ਤੇ ਫਿੱਟ ਆ ਜਾਂਦਾ ਵੀ ਹਾਂ ਇਹ ਠੀਕ ਹੈ 90 ਦੇ ਐਂਗਲ ਤੇ ਆ ਇਹ ਚੁੱਕਾ ਨਹੀਂ ਹੋਇਆ ਕਿਸੇ ਪਾਸੇ ਇਹ ਸਾਰੇ ਉਹਦੇ ਜਿਹੜੇ ਅਲੋਚਕ ਨੇ ਕਿਉਂਕਿ ਜਦੋਂ ਲਾ ਕੇ ਦੇਖਦੇ ਵੀ ਇਹ ਚਾਹਰ ਉਹ ਕਹਿੰ ਬਿਲਕੁਲ ਫਿਰ ਉਹਨੂੰ ਸਿੱਧਾ ਕਰਨ ਦਾ ਮੌਕਾ ਮਿਲ ਜਾਂਦਾ ਸੋ ਇਸ ਕਰਕੇ ਜਿਹੜਾ ਆਲੋਚਨਾ ਨੂੰ ਬੰਦ ਕਰਦਾ ਉਹ ਹਮੇਸ਼ਾ ਮਾਰ ਖਾਏਗਾ ਚਾਹੇ ਉਹ ਰਾਜਾ ਹੈ ਚਾਹੇ ਉਹ ਪਰਜਾ ਹੈ ਚਾਹੇ ਉਹ ਕੋਈ ਮਹਾਰਾ ਆਲੋਚਨਾ ਜ਼ਰੂਰੀ ਹੈ ਔਰ ਆਲੋਚਨਾ ਚ 90 ਕਰਨਾ ਤੁਹਾਨੂੰ ਲੋਕ ਮੈਨੇ ਗਲਤ ਦੇਣਗੇ ਪਰ 10 ਨਾਲ ਚੋਂ ਠੀਕ ਹੋਣਗੇ ਜੇ ਤੁਸੀਂ 90 ਦਾ ਮੂੰਹ ਬੰਦ ਕਰਿਆ ਸਿਰਫ 10 ਨੂੰ ਵਰਨਾ ਲਾਉ ਕਰਿਆ ਤਾਂ ਤੁਹਾਡੇ ਕੋਈ ਇੱਕੋ ਹੀ ਠੀਕ ਹੋਊਗਾ ਨੌ ਗਲਤ ਹੋਣਗੇ ਸੋ ਜੇ ਤੁਸੀਂ ਸਾਰੇ ਦੇ ਸਾਰੇ 10 ਗਲਤ ਜਾਣਨਾ ਚਾਹੁੰਦੇ ਵੀ ਮੇਰੀਆਂ 10 ਗਲਤੀਆਂ ਕਿਹੜੀਆਂ ਨੇ ਤਾਂ 100 ਬੰਦੇ ਦੀ ਆਲੋਚਨਾ ਸੁਣੋ ਪਾਪ 30 ਕਰਤੀਆਂ ਪਰ ਸੇ ਕਲਕੇ ਗਲਤ ਕਰ ਰਹੇ ਨੇ ਇਹ ਦੇਸ਼ ਵਾਸਤੇ ਵੀ ਗਲਤ ਹੈ ਇਹ ਸੂਬੇ ਪਾਸੇ ਵੀ ਗਲਤ ਹੈ ਇਹ ਗੈਰ ਸਵਾਨ ਦਾਨ ਕਰੀਆ ਔਰ ਇਹਨਾਂ ਦੇ ਬਾਹਰੋਂ ਆਏ ਬੰਦੇ ਮੈਨੂੰ ਤਾਂ ਕਿਸੇ ਨੇ ਦੱਸਿਆ ਵੀ ਉਹ ਰੋ ਪਾ ਕੇ ਫੋਨ ਕਰਕੇ ਲਈ ਦੀ ਹੈ ਸ਼ਾਇਦ ਕੋਈ ਤਾਂ ਮੰਤਰੀਆਂ ਨੂੰ ਵੀ ਰੋਕ ਦਿੰਦੇ ਆ ਵੀ ਤੂੰ ਇਸ ਵਿਸ਼ੇ ਤੇ ਗੱਲ ਨਹੀਂ ਕਰਨੀ ਯਾਨੀ ਮੰਤਰੀ ਦਾ ਰਤਬਾ ਹੁੰਦਾ ਇੱਕ ਮੰਤਰੀ ਨੂੰ ਕਿਹਾ ਜਾਂਦਾ ਕਿ ਇਸ ਮੁੱਦੇ ਤੇ ਤੂੰ ਗੱਲ ਨਹੀਂ ਕਰ। ਜੇ ਜੇ ਇਸ ਤਰ੍ਹਾਂ ਨਾ ਹੁਕਮ ਨਾਲ ਐ ਸਰਕਾਰ ਚੱਲੂਗੀ ਕਿਸੇ ਦੇ ਹੋਰ ਤੋਂ ਜੋਰੀ ਖਿੱਚੇ ਪੰਜਾਬ ਦੇ ਲੋਕਾਂ ਨੇ ਵੋਟ ਇੱਥੇ ਦੀ ਆਪ ਪਾਰਟੀ ਨੂੰ ਪਾਈ ਹੈ ਦਿੱਲੀ ਵਾਲਿਆਂ ਨੂੰ ਨਹੀਂ ਭਾਈ ਇਹ ਭੜੇਖਾ ਨਾ ਰੱਖਣ ਮਨਤ ਜੇ ਇੱਥੇ ਇੰਦਰਾ ਗਾਂਧੀ ਵਰਗੇ ਤਾਕਤਵਰ ਜਿਨ੍ਹਾਂ ਨੇ ਐਮਰਜੈਂਸੀ ਲਾਤੀ ਉਹ ਵੀ ਚੜ ਇਹ ਇਹ ਵੀ ਯਾਦ ਰੱਖਣਾ ਇਤੋਂ ਵੱਡੇ ਤਕੜੇ ਤਕੜੇ ਆਏ ਨੇ ਸੋ ਇਸ ਕਰਕੇ ਉਹ ਵੀ ਗੁਰਬਾਣੀ ਚੋਂ ਸਿੱਖਿਆ ਮਿਲਦੀ ਆ ਆਪਾਂ ਆਪਣੇ ਟਾਈਮ ਉਸ ਨੂੰ ਕਰਦੇ ਹੋਏ ਉਹਨਾਂ ਨੇ ਕਿਹਾ ਜਿੱਥੇ ਆਸਨ ਹਾਂ ਬੈਠੇ ਕੇਤੇ ਬੈਸ ਗਿਆ ਕਿੰਨੇ ਇੱਥੇ ਬੈਠ ਕੇ ਗਏ ਨੇ ਜਿੱਥੇ ਤੁਸੀਂ ਬੈਠੋ ਬਲੇ ਕੰਨ ਰੱਖੋ ਠੀਕ ਆ ਸੋ ਇਹ ਸੰਨ ਡਾਕਟਰ ਪਿਆਰੀ لال ਗਰਗ ਜਿਨ੍ਹਾਂ ਨੇ ਸਾਫ ਸਾਫ ਤੇ ਸਪਸ਼ਟ ਗੱਲਾਂ ਕੀਤੀਆਂ ਨੇ ਤੇ ਝਾੜੂ ਵਾਲਿਆਂ ਦੀ ਸਰਕਾਰ ਨੂੰ ਕਿਹਾ ਕਿ ਮੀਡੀਆ ਤੇ ਕੰਟਰੋਲ ਕਰਨਾ ਛੱਡਿਆ ਜਾਵੇ ਨਾਲ ਗੁਰਬਾਣੀ ਪ੍ਰਸਾਰਣ ਬਾਰੇ ਕਿਹਾ ਕਿ ਗੁਰਬਾਣੀ ਦਾ ਪ੍ਰਸਾਰ ਤੇ ਪ੍ਰਸਾਰਨ ਸਹੀ ਤਰੀਕੇ ਨਾਲ ਤਾਂ ਹੋਏਗਾ ਜੇਕਰ ਐਜਿਪੀਸੀ ਆਪਣਾ ਚੈਨਲ ਲਗਾਏਗੀ ਜਿੱਥੋਂ ਤੱਕ ਐਜਿਪੀਸੀ ਦੇ ਮਾਮਲੇ 'ਚ ਦਖਲ ਦਾ ਜੀ ਦੀ ਗੱਲ ਆ ਉਹਦੀ ਵੀ ਇਹਨਾਂ ਨੇ ਉਹਨੂੰ ਵੀ ਗਲਤ ਠਰਾਇਆ ਸੋ ਦੇਖਦੇ ਆਉਣ ਵਾਲੇ ਸਮੇਂਦਰਾਨ ਪੰਜਾਬ ਦੀ ਸਿਆਸਤ ਜੋ ਗੁਰਬਾਣੀ ਦੇ ਵాలే ਘੁੰਦੀ ਆ ਕਿੰਨਾ ਚਿਰ ਘੁੰਮਦੀ ਰਹੇਗੀ ਕੈਮਰਾਮੈਨ ਜਗਸੀਰ ਦੇ ਨਾਲ ਦਰਸ਼ਨ ਸਿੰਘ ਖੋਖਰ ਚੰਡੀਗੜ੍ਹ